ਗੁੱਸਾ ਪੂਰਾ ਚਿੱਤਣ ਬਚ ਗਏ। ਤੂੰ ਕੀ ਕਰਨ ਗਿਆ ਸੀ? ਮਿੱਟੀ ਵਾਲਾ ਕੱਪੜਾ ਤਾਂ ਮਾਰ, ਸਾਫ਼ ਕਰ। ਬਾਏ ਬਾਏ ਸਾਰੀਆਂ ਭੈਣਾਂ ਦੇ। ਸਾਰਾ ਦਿਨ ਲਾਈਵ 'ਚ ਬਹਿ ਬਹਿ ਕੇ ਸਰਵਾਈਕਲ ਹੋ ਗਈ। ਕਿਆ ਪਤਾ ਕਹਿੰਦੇ ਵੈਲਕਮ ਬੈਕ ਇਨ ਨਿਊ ਵਲੌਗ, ਨਿਊ ਵੀਡੀਓ 'ਚ, ਨਵੇਂ ਦਿਨ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਬਟ ਇਹ ਨਵਾਂ ਦਿਨ ਨਹੀਂ ਹੈਗਾ, ਇਹ ਉਹੀ ਰਾਤ ਹੈ। ਰਾਤ ਹੈ, ਰਾਤ ਕਾਹਦੀ? ਰਾਤ ਬੇਈਮਾਨ ਹੋਈ ਪਈ ਆ ਰਾਤ ਵਿਓ। ਰਾਤ ਨੇ ਤਾਂ ਮਾਹੌਲ ਖਰਾਬ ਕਰ ਰੱਖਿਆ ਏ। ਹਨੇਰੀ ਆਈ ਜਾਂਦੀ ਹੈ, ਬੱਦਲ ਬਾਬਾ ਜੀ ਗਰਜੀ ਜਾਂਦੇ, ਮੀਂਹ ਪਈ ਜਾਂਦਾ, ਮੌਸਮ ਆਹਾ ਕਿਆ ਬਾਤ ਆ। ਕਿੱਡੀ ਘੈਂਟ ਹਵਾ ਏ, ਕਿੰਨੀ ਠੰਡੀ ਹਵਾ ਏ, ਮਜ਼ਾ ਆ ਗਿਆ। ਬਹੁਤ ਸੋਹਣੀ ਹਵਾ ਚੱਲੀ ਜਾਂਦੀ ਹੈ, ਤਾਰਾਂ ਨੀਵੀਆਂ ਹੋ ਗਈਆਂ ਮੇਰੇ ਖਿਆਲ, ਹਨੇਰੀ ਬਹੁਤ ਤਕੜੀ ਚੱਲ ਕੇ ਹਟੀ ਹੈ, ਤਾਰਾਂ ਟੁੱਟੀਆਂ ਪਈਆਂ। ਸੁਬਹਾ ਦਿਖਾਊਂਗਾ ਮੈਂ, ਤਾਰਾਂ ਨੀਵੀਆਂ ਹੋ ਗਈਆਂ ਕਿੰਨੀਆਂ। ਮਿੱਟੀ ਦੇਖੋ ਉੱਡਦੀ, ਆਹ ਸਾਰੀ ਮਿੱਟੀ ਉੱਡੀ ਜਾਂਦੀ ਹੈ। ਵਾਓ, ਬਹੁਤ ਸੋਹਣੀ ਸਮੈਲ ਆਈ ਜਾਂਦੀ ਹੈ ਮਿੱਟੀ ਦੀ, ਗਿੱਲੀ ਗਿੱਲੀ ਹੋ ਗਈ ਨਾ ਮਿੱਟੀ, ਅਤੇ ਸਮੈਲ ਆ ਰਹੀ ਹੈ, ਖੁਸ਼ਬੂ ਆ ਰਹੀ ਹੈ, ਖੁਸ਼ਬੂ। ਨਾਈਸ ਮੌਸਮ, ਘੈਂਟ ਵੈਦਰ। ਗੁੱਡ ਮਾਰਨਿੰਗ ਉਹਨੂੰ। ਗੁੱਡ ਮਾਰਨਿੰਗ ਮੰਮਾ, ਗੁੱਡ ਮਾਰਨਿੰਗ ਗਾਇਸ, ਕਿਵੇਂ ਹੋ ਸਾਰੇ? ਸਵਾਗਤ ਹੈ ਸਾਡੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ। ਲਓ ਜੀ, ਵਿੱਚ ਫੋਨ ਆ ਗਿਆ ਸੀਗਾ, ਸਾਡੀ ਗੱਲਬਾਤ ਵਿੱਚ ਹੀ ਰਹਿ ਗਈ ਸੀਗੀ। ਹੌਲੀਡੇਜ਼ ਚੱਲ ਰਹੀਆਂ ਅਤੇ ਅਸੀਂ ਹੋ ਜਾਂਦੇ ਹਾਂ ਲੇਟ। ਗੁੱਡ ਮਾਰਨਿੰਗ ਕਰਨ ਤੋਂ ਫਲੈਸ਼ ਮੇਰੇ ਚੱਲ ਰਹੀ ਹੈ, ਲਾਈਟ ਸ਼ੀਸ਼ੇ ਦੇ ਵਿੱਚ ਆ ਰਹੀ ਹੈ। ਮੈਂ ਤਾਂ ਛੇਤੀ ਹੋ ਜਾਂਦੀ ਹਾਂ, ਮੈਂ ਤਾਂ ਨਹੀਂ ਲੇਟ ਹੁੰਦੀ। ਅੱਛਾ, ਮੈਂ ਤਾਂ 9 ਵਜੇ ਉੱਠ ਕੇ ਨਹਾ ਕੇ ਬ੍ਰਸ਼ ਕਰਕੇ ਬੜਾ ਲੱਗ ਜਾਂਦੀ। ਬੈੱਡ ਸ਼ੀਟ ਅੱਜ ਬਦਲੀ ਹੈ ਗਾਈਸ, ਜ਼ਿਆਦਾ ਦਿਨ ਹੋ ਗਏ ਸੀ ਇਸ ਵਾਰ, ਮੇਰੇ ਸੈਬੂ ਨੇ ਬਦਲ ਨਹੀਂ ਦਿੱਤੀ। ਸੈਬੂ ਨੂੰ ਇਹ ਪਸੰਦ ਨਹੀਂ ਆਈ, ਨਵੀਂ ਲਿਆ ਕੇ ਵਿਛਾਓ ਕਹਿੰਦਾ, ਲੜ ਕੇ ਹਟਿਆ ਹੁਣੇ, ਕਹਿੰਦਾ ਲੱਡੂ ਤੋਂ ਲੱਡੂ ਆਊਗਾ ਬਾਹਰ ਬੈੱਡ ਸ਼ੀਟ ਦੇਣ, ਕਹਿੰਦਾ ਉਹਦੇ ਤੋਂ ਲਓ, ਆਪਾਂ ਬਾਜ਼ਾਰੋਂ ਲਿਆਵਾਂਗੇ ਪੁੱਤ, ਠੀਕ ਹੈ, ਛੋਟੀ ਜਿਹੀ ਹੋਰ ਲਿਆਵਾਂਗੇ ਇਹਨੂੰ। ਐ ਹੈ ਕਾਰਟੂਨ ਆਦੀ, ਤੂੰ ਕਾਰਟੂਨ ਆ, ਕਾਰਟੂਨ ਨਾਲ ਹੀ ਲੈ ਆਵਾਂਗੇ। ਉਹ ਬੱਚਿਆਂ ਵਾਂ ਨੂੰ ਦਿੰਦੇ ਆ, ਵੱਡਿਆਂ ਨੂੰ ਨਹੀਂ ਦਿੰਦੇ, ਉਹ ਕਹਿਣਗੇ ਤੁਸੀਂ ਵੀ ਕਾਰਟੂਨ ਆ, ਹੈ ਵੀ ਬੱਚਾ ਹੀ ਆ ਉਹੀ, ਤੈਨੂੰ ਲੈਣ ਜਾਣਾ ਪਊਗਾ ਫਿਰ। ਗੁਨੂੰ ਮੈਡਮ ਪੜ੍ਹ ਰਹੀ ਹੈ, ਹੁਣ ਤਾਂ ਗੁਨੂੰ ਦੇ ਹੱਥ 'ਚ ਕਿਤਾਬਾਂ ਹੀ ਦਿਖਣਗੀਆਂ, ਅਤੇ ਕਿਸ ਤਾਰਾਂ ਤੋਂ ਗੁਨੂੰ ਦੇ ਆ ਪੇਪਰ ਸ਼ੁਰੂ, ਸੈਬੂ ਦੇ ਵੀ ਤਾਰਾਂ ਤੋਂ ਪੇਪਰ ਸ਼ੁਰੂ, ਸਾਡੀ ਪੜ੍ਹਦਾ ਹੀ ਨਹੀਂ। ਹੁਣ ਮੈਂ ਐਵੇਂ ਸਾਰਾ ਸਾਲ ਨਹੀਂ ਬੈਠਾ ਰਹਿੰਦਾ, ਠੀਕ ਹੈ? ਯੈਸ, ਪਹਿਲਾਂ ਛੇਤੀ ਛੇਤੀ ਕਰ ਲਵਾਂਗਾ। ਓਕੇ, ਚਲੋ ਜੀ ਕਿਚਨ 'ਚ ਚੱਲਦੇ ਆ ਬਾਹਰ। ਰਾਤ ਹਨੇਰੀ ਨੇ ਇੰਨਾ ਕੁ ਜ਼ਿਆਦਾ ਗੰਦ ਪਾਇਆ ਹੋਇਆ ਨਾ ਸਾਰੇ ਘਰ 'ਚ, ਟੈਸ ਨੈਸ ਹੋਈ ਪਈ ਆ, ਗੰਦ ਹੀ ਗੰਦ। ਇੱਦਾਂ ਤਾਂ ਅਜੇ ਘੱਟ ਦਿੰਦੀ, ਉੱਧਰ ਫਰੰਟ 'ਤੇ ਜ਼ਿਆਦਾ ਜੀ ਹੈ। ਕਿਆ ਹੁਆ? ਮੇਰੀ ਕਾਪੀ ਨਾ, ਮੈਂ ਐਵੇਂ ਪਈ ਸੀ, ਮੈਂ ਪੜ੍ਹਦਾ ਪਿਆ ਸੀਗਾ, ਐਵੇਂ ਚੱਕੀ ਅਤੇ ਇੱਥੇ ਮੂੰਹ 'ਤੇ ਰੱਖ ਦਿੱਤੀ। ਬਹਿ ਕੇ ਪੜ੍ਹੋ। ਹਾਂ, ਬਹਿ ਕੀ ਕਰਤਾ? ਰੋਟੀ ਹੱਥ ਚ ਪਲੇਟ ਥੱਲੇ, ਹੁਣ ਚਲੋ ਸਬਜ਼ੀ ਲਾ ਲਾ ਖਾਣਾ।
ਕਦੇ ਅੱਗੇ ਹੋ ਜਾਂਦੀ ਕਦੇ ਪਿੱਛੇ ਹੋ ਜਾਂਦੀ ਹੈ। ਮੈਂ ਤਾਂ ਐਵੇਂ ਐਵੇਂ ਇੱਥੇ ਰੱਖੀ ਹੋਈ ਸੀਗੀ, ਅੱਗੇ ਇੱਧਰ ਸੀ ਜਦੋਂ ਆਏ ਸਬਜ਼ੀ ਨੱਪੀ ਤੇ ਉਹ ਆਏ ਪਲੇਟ ਮੋਦੀ ਕੀ ਬੱਜੀ ਪੈਰ ਤੇ ਆਇਆ ਹੁਣ ਇੱਧਰ। ਉਹ ਉੱਥੇ ਬੈਠੀ ਬੈਠੀ ਕਿੰਨੀਆਂ ਜਗ੍ਹਾ ਬਦਲਦੀਆਂ ਰੋਟੀ ਖਾਂਦੀ ਨੇ, ਰੁਕਦੇ ਨੀ ਗੇ ਪਲੇਟ ਤੋੜ ਕੇ ਨੁਕਸਾਨ ਕਰਕੇ ਸਾਡਾ। ਗੁਨੂੰ ਦੀ ਪਲੇਟ ਅਸੀਂ ਰੱਖ ਲਾਂ ਤੋਂ ਆ ਕੇ ਇਹਦੇ ਚ ਖਾ ਲਿਆ ਕਰੀ, ਠੀਕ ਹੈ। ਬੈਡ ਗਰਲ ਬੈਡ ਗਰਲ, ਦੇਖ ਲੋ ਕੀ ਨਹੀਂ ਪਨੀਰ ਨੇ ਪਲੇਟ ਤੋੜਦੀ। ਗਾਇਸ ਅੱਧੀ ਪਲੇਟ ਇੱਥੇ ਸੀਗੀ, ਅੱਧੀ ਪਲੇਟ ਪੂਰੀ ਇੱਥੇ ਸੀਗੀ, ਨੱਪੂ ਕੇ ਤਾਂ ਫਿਰ ਪਲੇਟ ਥੱਲੀ ਦੇ ਡਿੱਗਦੀ ਸੀਗੀ। ਹਾਂ ਬੰਦਾ ਟਿਕ ਕੇ ਬਹਿ ਗਿਆ ਉੱਤੇ ਬਹਿ ਕੇ ਰੋਟੀ ਖਾ ਲਿਆ ਹਨਾ, ਵੀ ਸੈਬੂ ਵਾਂਗੂ ਸੈਬੂ ਆਰਾਮ ਨਾਲ ਚੌਕੜੀ ਮਾਰ ਕੇ ਬਹਿ ਕੇ ਖਾਂਦਾ। ਮੈਨੂੰ ਕੱਚ ਦੀ ਮਿਲੀ ਸੀ ਨਾ ਪਲੇਟ ਤਾਂ ਕਰਕੇ, ਨਾਲੇ ਕੱਚ ਕੱਚ ਦੀ ਥੋੜੀ ਸੀਗੀ, ਚੀਨੀ ਦੀ ਸੀਗੀ ਇਹ, ਕੱਚ ਕੱਚ ਕਰਦੇ ਰਹਿੰਦੇ ਹੁਣ। ਚੀਨੀ ਚੀਨੀ ਦੇ ਭਾਂਡੇ ਹੁੰਦੇ ਸੀ ਪਹਿਲਾਂ ਇਹਨਾਂ ਦੇ ਡਿਨਰ ਸੈੱਟ, ਆਪਣੇ ਤਾਂ ਹੈ ਨੀਗਾ, ਪਹਿਲਾਂ ਹੁੰਦਾ ਸੀਗਾ ਉਹ ਪਿੰਡ 'ਚ ਕਾਤਾ ਸੀ ਤੁਹਾਨੂੰ। ਇਹ ਚੀਨੀ ਦਾ ਕਹਿੰਦੇ ਆ, ਕੱਚ ਵਾਲਾ ਵੀ ਸੀਗਾ ਆਪਣੇ ਡਿਨਰ ਸੈੱਟ, ਹਜੇ ਵੀ ਪਿਆ। ਕਿੱਥੇ ਆ ਉਹ ਕਰੋਕਰੀ ਵਾਲੀ ਬਾਰੀ 'ਚ, ਵੱਡੀਆਂ ਪਲੇਟਾਂ ਛੋਟੀਆਂ ਪਲੇਟਾਂ ਪਈਆਂ ਨਾ, ਜੱਗ ਵੀ ਹੈਗਾ, ਗਲਾਸ ਵੀ ਹੈਗੇ ਆ, ਕੱਚ ਦਾ ਡਿਨਰ ਸੈੱਟ ਸਾਰਾ, ਪਲੇਟਾਂ ਕੱਚ ਦੀਆਂ ਬਹੁਤ ਭਾਰੀਆਂ। ਇੱਕ ਦਿਨ ਅਸੀਂ ਕੱਚ ਦੇ ਭਾਂਡਿਆਂ 'ਚ ਕਰਾਂਗੇ ਬਾਈ ਡਿਨਰ, ਠੀਕ ਹੈ, ਕੱਚ ਦੇ ਡਿਨਰ ਸੈੱਟ। ਆਹ ਦੇਖ ਲਓ 12 ਵਜੇ ਉੱਠ ਕੇ ਸੁਸਤੀ ਪਾਈ ਆ ਕਿਵੇਂ, ਗੰਜਾ ਹੋ ਗਿਆ ਭਾਈ ਗੰਜਾ। ਹਾਂਜੀ ਹਾਂਜੀ ਅਸੀਂ ਕੱਚ ਵਾਲੀ 'ਚ ਖਾਵਾਂਗੇ, ਗੁੱਡੂ ਨੂੰ ਦੂਜੀ 'ਚ ਖਵਾਵਾਂਗੇ। ਪਲੇਟਾਂ ਬਹੁਤ ਭਾਰੀਆਂ ਉਹ। ਪਾਗਲ ਬੋਲ ਕੇ ਗਈ ਹੁਣੇ, ਹੁਣ ਦੇਖੋ ਕੀ ਕਰੀ ਜਾਂਦੀ ਹੈ ਮੰਮੀ ਦਾ ਮੇਕਅਪ ਦਾ ਸਮਾਨ ਚੱਕ ਕੇ ਨਾ ਮੇਕਅਪ ਕਰ ਲਿਆ ਉਹਨੇ ਖੁਦ, ਦਿਖਾਈ ਮੇਕਅਪ ਆਪਦਾ ਮੰਮਾ ਨੇ ਕੀਤਾ। ਆ ਦੇਖੋ ਗਾਇਸ ਲੜੇ ਮੰਮੀ ਲੜੇ ਲੜੇ ਇੰਨੇ ਲੜੇ ਆਪੇ ਕੀਤਾ ਆਪੇ ਨਹੀਂ ਕੀਤਾ ਆਪੇ ਕੀਤਾ ਇਹਨੇ ਗਾਇਸ ਆਪੇ ਵਾਰ ਕੇ ਬਹਿ ਗਈ। ਹੋਰ ਨਾ ਮੰਮੀ ਤੋਂ ਬਿਨਾਂ ਪੁੱਛਿਆ ਕਰਨ ਲੱਗ ਗਈ ਮੇਕਅਪ, ਭੰਗੜਾ ਕਰਨ ਵਾਸਤੇ ਆਪਦਾ ਰੀਲ ਬਣਾ ਵਾਸਤੇ ਪਾਪਾ ਪਾਪਾ ਪ੍ਰੋਸੈਸਿੰਗ ਕਰਦੇ ਆ ਮੈਨੂੰ ਨਹੀਂ ਛੋੜਦੀ ਨੀ ਵਲੋਗ ਦੀ ਪ੍ਰੋਸੈਸਿੰਗ। ਗਾਇਸ ਤੁਸੀਂ ਨਾ ਅੱਜ ਵਧੀਆ ਰਹੋ, ਮੈਂ ਵੀ ਅੱਜ ਵਧੀਆ, ਅੱਜ ਮੈਨੂੰ ਨਾ ਬਿਮਾਰ ਹੋ ਗਿਆ ਸੀਗਾ, ਮੇਰੇ ਢਿੱਡ ਠੀਕ ਹੋ ਗਿਆ ਬਿੱਟਾ 'ਚ, ਠੀਕ ਹੈ ਨਾ ਮੇਰੇ ਤਰਫ ਕੈਮਰਾ। ਚਲੋ ਫਿਰ ਉੱਧਰ ਦੇਖ ਲਓ ਮੰਮੀ ਕੰਮ ਕਰਦੇ ਆ ਬਾਹਰ, ਦੂਸਰਾ ਜੂਮ ਕਰਕੇ ਓਏ ਕੀ ਕਰਤਾ ਕੀ ਕੀਤਾ ਗੇਟ ਕੋ ਬੰਦ ਕੀਤਾ, ਉਹ ਦੇਖੋ ਮੰਮੀ ਕੰਮ ਕਰਦੇ ਮੈਨੂੰ ਗੇਟ ਬੰਦ ਕਰ ਜਾਂਦੀ ਹੈ। ਗਾਇਸ ਕੀ ਕਰਾਂ ਮੈਂ, ਹੋਰ ਮੈਨੂੰ ਮਨਾਉਣ ਵੀ ਨਹੀਂ ਦਿੱਤਾ ਉਹਨੇ ਵਲੋਗ, ਹੁਣ ਮੰਮੀ ਦਾ ਮਨਾ ਮੈਂ ਸੀਗਾ ਦੂਰ ਹੀ ਦੂਸਰਾ ਜੂਮ ਕਰਕੇ, ਪਹਿਲਾਂ ਜੂਮ ਕਰਦਾ ਪਾਪਾ ਕੋਲ ਵੀਡੀਓ ਐਡਿਟ ਕਰਦੇ ਐਡਿਟ ਕਰਦੇ ਹੋ
ਮੈਨੂੰ ਲੱਗਿਆ ਪ੍ਰੋਸੈਸਿੰਗ ਦੀ ਵੀਡੀਓ ਬਣਾ ਕੇ ਤੇ ਪ੍ਰੋਮੋਸ਼ਨ ਆ ਗਈ। ਮੈਨੂੰ ਲੱਗਿਆ ਪ੍ਰੋਸੈਸਿੰਗ ਕਰਦੇ ਹੋ। ਪ੍ਰੋਮੋਸ਼ਨ ਅਭੀ ਵੀਡੀਓ ਨਹੀਂ ਬਣਾਈ ਆਪਾਂ ਹੁਣ। ਹਾਂਜੀ ਉਹਦੀ ਐਡੀਟਿੰਗ ਕਰਦੇ ਆ। ਅੱਛਾ ਮੈਨੂੰ ਲੱਗਦਾ ਸੀਗਾ ਤੁਸੀਂ ਪ੍ਰੋਸੈਸਿੰਗ ਕਰਵਾਈ ਜਾਂਦੇ ਹੋ ਹੈ ਨਾ। ਕਿੱਥੇ ਅੱਛਾ ਮੈਨੂੰ ਹੁਣ ਟ੍ਰੇਨ ਬਣਾਇਆ ਜਾ ਰਿਹਾ। ਓਏ ਗੁੱਡੂ ਕਾਪੀਰਾਈਟ ਆ ਜਾ, ਕਾਪੀਰਾਈਟ ਆ, ਮੈਨੂੰ ਵੀਡੀਓ ਬਣਾ ਦੇ, ਕਾਪੀਰਾਈਟ ਆ ਜਾ। ਮੈਨੂੰ ਤਾਂ ਆਪ ਵੀ ਨਹੀਂ ਪਤਾ ਸੀ ਗੁਰਨੂੰ ਦਾ ਇੰਨਾ ਅੱਡ ਦਿਮਾਗ ਹੋ ਗਿਆ ਹੈ ਨਾ, ਇੰਨਾ ਅੱਡ ਦਿਮਾਗ ਹੋ ਗਿਆ। ਗਾਇਸ ਮੈਂ ਠੀਕ ਕਰ ਰਿਹਾ ਨਾ ਕੈਮਰਾ, ਦੱਸਿਓ ਠੀਕ ਆ ਕੈਮਰਾ? ਮੈਂ ਥੱਲੇ ਰੱਖ ਕੇ ਕੀਤਾ ਸੀਗਾ ਕੈਮਰਾ। ਬਾਹਰ ਚੱਲ ਕੇ ਆਉਂਦੇ ਆਪਾਂ। ਕੀ ਕਰ ਰਿਹਾ, ਕੀ ਕਰ ਰਿਹਾ? ਫਿਰ ਤੋਂ ਬਣਾਇਆ ਮੈਂਗੋ ਸ਼ੇਕ, ਦੇਖੋ ਮੈਂਗੋ 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 ਸ਼ੇਕ। ਇੱਕ ਮਿੰਟ ਗਾਇਸ, ਕਿਵੇਂ ਮੰਮਾ? ਹਾਂਜੀ ਗਾਇਸ ਆਪਾਂ ਮੇਕਅਪ ਤਾਂ ਕੀਤਾ ਸੀਗਾ। ਗਾਇਸ ਮੈਂ ਅੱਜ ਤਾਂ ਰੈਡੀ ਹੋਇਆ, ਅੱਜ ਮੈਂ ਇੱਕ ਰੀਲ ਬਣਾਉਣੀ ਸੀਗੀ। ਕਿੰਨਾ ਸੋਹਣਾ ਲੱਗਦਾ ਨਾ, ਮਹਿੰਗਾ ਮਹਿੰਗਾ ਸ਼ੇਕ ਪੀਂਦੇ ਆ, ਮਹਿੰਗਾ ਮਹਿੰਗਾ ਸ਼ੇਕ ਵੇ ਮੁੰਡੇ ਆ ਤੇਰੀ ਤੋਰ ਵੇਖਣੀ, ਵੇ ਮੁੰਡੇ ਆ ਤੇਰੀ ਤੋਰ ਵੇਖਣੀ, ਗੜਵਾ ਲੈ ਦੇ ਚਾਂਦੀ ਦਾ ਵੇਲਾ ਕੱਲੇ ਮਜ਼ਾ ਚ ਚਾਂਦੀ ਦਾ ਵੇਲਾ ਕੱਲੇ ਮੈਂ ਚਾਂਦੀ ਚਾਂਦੀ ਦਾ ਉੱਥੇ ਗਾਣੇ ਕਬਲੀ ਹੋ ਗਈ ਨੂੰ ਕੁਝ ਵੀ ਨਹੀਂ ਗਾਣਾ ਆਉਂਦਾ। ਗਾਇਸ ਅੱਜ ਆਪਾਂ ਇੱਕ ਮਿੰਟ ਰੁਕੋ, ਅੱਜ ਆਪਾਂ ਬੰਨੇ ਆ ਨਿਊ ਮਾਸਕ। ਉਹ ਤੁਹਾਨੂੰ ਸਿੱਟਦਾ ਸੀਗਾ ਕਿਉਂਕਿ ਕੱਲ ਮਿੱਟੀ ਨਾਲ ਭਰਤਾ ਸੀਗਾ, ਅਤੇ ਬੁਲਟ ਵੀ ਮਿੱਟੀ ਨਾਲ ਪੈ ਗਿਆ। ਮੰਮਾ ਸਭ ਕਰੀ ਹੋਰ ਮਾਈ ਗੋਡ, ਦੇਖੋ ਐਕਟਿਵਾ ਦੀ ਸੀਟ ਇੰਨੀ ਕਹਿੰਦੀ ਸੀ ਅਤੇ ਇੰਨੀ ਹੋਈ ਆ ਬੁਲਟ ਦੀਆਂ ਸੀ ਦੋਨੋਂ। ਤੇਰੇ ਪਾਪਾ ਤਿਆਰ ਸ਼ਿਆਰ ਹੋ ਗਏ, ਮੇਕਅਪ ਹੋ ਗਿਆ? ਕਹਿੰਦੇ ਮੈਂ ਤਿਆਰ ਹੋ ਗਿਆ, ਹੁਣ ਤੂੰ ਕੱਪੜਾ ਮਾਰੀ ਬੁਲਟ 'ਤੇ, ਮੇਰੇ ਤਾਂ ਮਿੱਟੀ ਪੈ ਜੂਗੀ। ਐਂ ਤਾਂ ਕਰਦੇ ਆ, ਐਂ ਤਾਂ ਹੈ ਨਹੀਂ ਕਿ ਮੈਂ ਕਰ ਲਾਂ। ਓ ਮਾਈ ਗੋਡ, ਓ ਮਾਈ ਗੋਡ, ਹਾਂ ਅਸੀਂ ਤਾਂ ਕਦੋਂ ਦਾ ਲਿਖਵਾ ਹੋਇਆ, ਦੱਸਦੇ ਨਹੀਂ ਮੈਨੂੰ ਤਾਂ, ਮੈਨੂੰ ਤਾਂ ਦੱਸਦੇ ਨਹੀਂ ਅੱਜ ਕੱਲ੍ਹ ਕੁਛ। ਕੋਈ ਨਾ ਪਤਾ ਚੱਲ ਗਿਆ, ਕੋਈ ਗੱਲ ਨਹੀਂ ਕੋਈ ਗੱਲ ਨਹੀਂ। ਇਹ ਕਿਹੜਾ ਸਰਪ੍ਰਾਈਜ਼ ਸੀ, ਦੱਸਿਆ ਘਰੇ ਆ ਕੇ ਤਾਂ ਫਿਰ ਦੱਸਿਆ ਤਾਂ ਹੈ ਨਹੀਂ, ਦਿਖਾਇਆ ਤਾਂ ਹੈ ਨਹੀਂ, ਤੁਸੀਂ ਆਪੇ ਦੇਖਣਾ ਸੀਗਾ। ਝੂਠੇ ਇੱਕ ਨੰਬਰ ਦੇ, ਕੋਈ ਨਾ ਕੋਈ ਨਾ
ਸਾਬੋ ਹੁਣ ਆਪਾਂ ਵੀ ਇਕੱਲੇ ਇਕੱਲੇ ਕੰਮ ਕਰਿਆ ਕਰਾਂਗੇ। ਸਾਬੂ ਦਾ ਚਿੱਤਣ ਵੱਜ ਗਿਆ, ਤੂੰ ਕੀ ਕਰਨ ਗਿਆ ਸੀ? ਮਿੱਟੀ ਵਾਲਾ ਕੱਪੜਾ ਤਾਂ ਮਾਰ, ਸਾਫ਼ ਕਰ। ਬਾਏ ਬਾਏ, ਕਰਮ ਹੀ ਬੰਦੇ ਦਾ ਕਰਮ ਹੈ, ਸਭ ਤੋਂ ਵੱਡਾ ਕਰਮ ਹੈ। ਗੁੰਨੂ ਨੇ ਰਾਤ ਪੜਿਆ ਸੀ। ਬਾਏ, ਦੁਪਹਿਰੇ ਦੁਪਹਿਰੇ ਚੱਲੇ, ਟਾਟਾ ਬਾਏ ਬਾਏ। ਬੈਗ ਲਾਇਆ ਨੀ ਹੁਣ? ਬਾਏ ਬਾਏ ਬਾਏ। ਹਾਂਜੀ, ਨਵਾ ਦਿੰਦੇ ਲਿਆ ਸਾਬੂ ਦਾ ਸਾਈਕਲ, ਨਵਾ ਦਈਏ ਭਾਈ। ਆਪਦਾ ਸਾਈਕਲ ਤੇ ਸਾਫ਼ ਕਰ ਲਾ, ਕੱਪੜਾ ਮਾਰ ਲਾ। ਇਹ ਪੁਰਾਣਾ ਸਾਈਕਲ ਗੁੰਨੂ ਦਾ, ਤੇਰਾ ਟਰੈਕਟਰ ਦੇ। ਪਾਣੀ ਮਾਰਨਾ? ਹਾਂ, ਸਾਈਕਲ ਤੇ, ਸਾਈਕਲ ਤੇ ਮਾਰ ਦੇ। ਸਾਈਕਲ ਵੀ ਨਵਾਤੇ ਅੱਜ, ਬਹੁਤ ਗੰਦ ਪਾਇਆ ਨੇਰੀ ਨੇ, ਬਹੁਤ ਜ਼ਿਆਦਾ। ਚੱਲ ਸਾਬੂ ਬਾਹਰ ਲਾਇਆ, ਦੋ ਮਿੰਟ ਇਹਨੂੰ ਵੀ ਧੁੱਪੇ ਸੁੱਕ ਜੂਗਾ, ਫਿਰ ਆਪਾਂ ਉੱਧਰ ਪੋਚਾ ਲਾ ਦਿੰਦੀ ਹੈ ਰਿੰਕੀ ਆਂਟੀ, ਫਿਰ ਉੱਥੇ ਸਮਾਨ ਟਕਾ ਦਾਂਗੇ। ਕੁਰਸੀਆਂ ਵੀ ਧੋ ਦੇ ਰਿੰਕੀ। ਆਈ ਆਈ, ਬੈਕ ਲੈ ਜਾ ਮੋੜ, ਆਈ ਪਿਆ। ਨਹੀਂ ਬੈਕ, ਬੈਕ ਬੈਠਣਾ ਨੀ ਗਾ। ਗੁੰਨੂ ਦੇ ਸਾਈਕਲ ਦੀ ਵਾਰੀ ਆ ਗਈ। ਸਾਬੂ ਦਾ ਤੇ ਗੁੰਨੂ ਦਾ ਪੁਰਾਣਾ ਸਾਈਕਲ ਤਾਂ ਧੋਤਾ ਗਿਆ, ਐਕਟਿਵਾ ਵੀ ਧੋਤੀ ਗਈ, ਗੁੰਨੂ ਦਾ ਸਾਈਕਲ ਰਹਿ ਗਿਆ। ਤੂੰ ਉਹਨਾਂ ਚਿਰ ਇੱਥੇ ਖੜੇ ਰਹੇਂਗਾ ਹੁਣ? ਬਸ ਬਸ ਬੋਸ 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 ਸਾਡਾ ਮੱਖੀ ਆ, ਮੱਖੀ 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 ਮੱਖੀ। ਸਾਬੂ ਦੇ ਬੈਡਮਿੰਟਨ ਰੈਕਟ ਵੀ ਧੋਤੇ, ਬੈਡਮਿੰਟਨ ਵੀ, ਟਰੈਕਟਰ। ਚੱਲ ਚੱਲ ਗਿਆ ਜਾ, ਹੈ ਚਲੋ ਪੜ੍ਹੀਏ ਆਪਾਂ, ਹੋਮਵਰਕ ਕਰੀਏ। ਮੂੰਹ ਬੰਦ ਲੱਗ ਜੂਗਾ ਨੇ। ਗੁੰਨੂ ਨੇ ਟਿਊਸ਼ਨ ਛੱਡਤਾ, ਟਾਈਮ ਹੋ ਗਿਆ 1:45, ਲੇਟ ਹੋ ਗਿਆ ਅੱਜ ਕਿਉਂਕਿ ਗੁੰਨੂ ਦੀ ਡਰੈਸ ਲੈਣ ਚਲੇ ਗਏ ਸੀਗੇ। ਗੁੰਨੂ ਦਾ ਫੰਕਸ਼ਨ ਹੈ ਨਾ ਸਕੂਲ 'ਚ, ਉਹਦੀ ਡਰੈਸ ਲੈਣੀ ਸੀ ਕਿਰਾਏ 'ਤੇ, ਉਹ ਆਪਾਂ ਲੈ ਲਈ, ਹੁਣ ਘਰ ਨੂੰ ਵਾਪਸੀ। ਲਓ ਜੀ, ਬਾਹਰ ਵਾਲਾ ਸਾਰਾ ਖਲਾਰਾ ਸਾਂਭ ਰਿਹਾ ਸੀ, ਸਮਾਨ ਟਕਾਇਆ ਹੀ ਮੈਂ, ਹੁਣ ਅਸੀਂ ਆ ਗਏ ਅੰਦਰ ਦੇ ਖਲਾਰੇ 'ਤੇ। ਦੇਖ ਲਓ ਸਾਹਿਬ ਨੂੰ 2 ਡੇਜ਼ ਹੋ ਗਏ ਹੋਲੀਡੇਜ਼, ਹੋਲੀਡੇਜ਼ ਹੋਈਆਂ ਨੂੰ, ਅੱਜ ਸਟੱਡੀ ਕਰਨ ਲੱਗਿਆ, ਕੱਲ੍ਹ ਦਾ ਸਾਰਾ ਦਿਨ ਮਸਤੀ 'ਚ ਕੱਢਤਾ ਸੀ। ਹੁਣ ਅਸੀਂ ਦੋਨੋਂ ਜਾਣੇ ਪੜ੍ਹਦੇ ਹਾਂ, ਜਨਾਬ ਜੀ ਹਜੇ ਮੁੜੇ ਨੇ, ਗੁੰਨੂ ਨੂੰ ਛੱਡਣ ਗਏ ਹੋਏ ਆ। ਬਹੁਤ ਗਰਮੀ ਆ ਬਾਹਰ, ਬਹੁਤ ਜ਼ਿਆਦਾ। ਅਜਾ ਪੁੱਤ ਪੜ੍ਹੀਏ, ਅੱਜ ਕੀ ਪੜ੍ਹਨਾ? ਪੰਜਾਬੀ। ਗਾਇਸ, ਮੈਂ ਡੋਂਗਾ ਲੱਭਦਾ ਸੀਗਾ ਨਾ, ਇਹਦੇ ਵਿੱਚ ਪਿਆ ਸੀਗਾ ਡੋਂਗਾ ਕਲਰ ਦਾ, ਹੈ ਨਾ ਗਾਇਸ, ਉਹ ਇੱਕ ਲੱਭੀ ਲਿਆਦਾ, ਹੋਰ ਕਿੱਥੇ ਦਾ ਡੋਂਗਾ ਪਿਆ ਹੀ ਨਹੀਂ। ਗਾਇਸ, ਮੰਮੀ ਨੂੰ ਦਿਖਾਉਂਗਾ ਨਾ ਵੀਡੀਓ, ਫਿਰ ਪਤਾ ਲੱਗੂਗਾ ਮੰਮੀ ਨੂੰ, ਡੋਂਗਾ ਤਾਂ ਹੈ ਹੀ ਨਹੀਂ। ਗਾਇਸ, ਹੁਣ ਦੁਬਾਰਾ ਚੱਲਦੇ ਕਿਚਨ 'ਚ, ਮੰਮੀ ਨੇ ਕਿਹਾ ਇਸ 'ਚ ਚੈੱਕ ਕਰਕੇ ਲੱਗਿਆ, ਇਸ 'ਚ ਦੇਖ ਹੈ ਨਹੀਂ, ਸੱਚੀ ਹੈ ਨਹੀਂ, ਹੈ ਨਹੀਂ, ਹੈ ਨਹੀਂ, ਕਿੱਥੇ ਪਿਆ ਫਿਰ, ਹੈ ਨਹੀਂ। ਗਾਇਸ, ਚਲੋ ਚੱਲੋ ਚੱਲੋ, ਉਸ 'ਚ ਵੀ ਨਹੀਂ ਹੈਗਾ। ਮੰਮਾ ਕਹਿੰਦੇ ਮੈਨੂੰ
ਮੈਂ ਪਤੀਲਾ ਲੱਭਿਆ ਆਇਆ ਸੀਗਾ, ਠੀਕ ਹੈ, ਮੰਮਾ ਕਹਿੰਦੇ ਸਾਰਾ ਸਵਾਲ ਲਿਆ ਦੇ, ਮੈਂ ਇੱਥੇ ਬਣਾ ਕੇ ਦਿੰਦੀ ਆ। ਠੀਕ ਹੈ, ਬਾਕੀ ਨਾਈਫ ਲੈ ਕੇ ਦੇ ਗਾਇਸ। ਓ ਯਾਰ ਅਟਕ ਜਾਂਦਾ, ਚਲੋ ਚੱਲ ਮੇਰਾ ਬਈ। ਓ ਯਾਰ ਫੇਰ ਅਟਕ ਗਿਆ, ਪਤੀਲਾ ਤਾਂ ਦੇ ਗਿਆ ਮੈਨੂੰ, ਹੁਣ ਲੱਭਣ ਗਿਆ ਵਿਚਾਰੇ ਨੂੰ, ਨਾਲ ਨਾਲ ਫੋਨ ਦੇ ਔਖਾ ਗਾ ਹੋਊਗਾ, ਉੱਥੇ ਕੀ ਲੈ ਕੇ ਆਉਂਦੇ ਦੇਖਦੇ ਆ ਕੀ ਲੈ ਕੇ ਆਉਂਦਾ ਸਾਹਿਬ। ਬਸ ਡਰ ਗਿਆ ਸੀਗਾ, ਬੁੱਗੀ ਡਰ ਗਈ ਮੇਰੀ, ਮੇਰੀ ਨਿੱਕੀ ਜੀ ਬੁੱਗੀ ਡਰ ਗਈ। ਉਪਰੀ ਕਿਹਾ ਸੀ ਮੈਂ ਪਹਿਲੀ ਵਾਰੀ ਚ ਪਿਆ ਗਾ, ਬਸ ਮੈਨੂੰ ਤਾਂ ਬੈਡ ਤੋਂ ਉਠਾਉਣਾ ਸੀ ਨਾ, ਰੌਲਾ ਤਾਂ ਏਡਾ ਪਾਇਆ ਵੀ ਡੋਲ ਗਏ ਚਾਵਲ ਸਾਰੇ ਡੋਲ ਤੇ, ਪਹਿਲਾਂ ਪੁੱਤਾ ਕਿ ਮੈਨੂੰ ਬੇਲਪੁੜੀ ਬਣਾ ਦੋ, ਬੇਲਪੁੜੀ ਉਹਦੇ ਵਾਸਤੇ ਦੇਖੋ ਸਮਾਨ ਉਹਨੇ ਲਿਆ ਤਾ, ਅੱਜ ਕੱਟੀ ਆਉਂਦੀ ਸੀਗੀ, ਮੈਂ ਕਿਹਾ ਦੁੱਧ ਬਣਾ ਲਿਆ, ਉਹ ਨਾਲ ਹੀ ਦੁੱਧ ਪੀ ਲਿਓ ਕੰਮ ਨਿਬੜੂਗਾ, ਤੇ ਹੁਣ ਪਾਤਾ ਪੁਚਾਲ ਕੀ ਲੈਣਾ, ਹੁਣ ਉੱਠ ਕੇ ਜਾਣਾ ਹੀ ਪਿਆ ਆਖਰਕਾਰ ਮੈਨੂੰ, ਹੁਣ ਮੈਂ ਵੀ ਨਹੀਂ ਜਾਂਦੀ ਆਪੇ ਸਾਂਭਣਗੇ। ਕੰਮ ਕਰਨੇ ਔਖੇ ਹਨਾ, ਸੌਖੇ ਆ ਪੱਕੀ ਗੱਲ ਆ, ਫਿਰ ਫੋਨ ਕਰੀ ਜਾਂਦੇ ਰਸੋਈ 'ਚ ਕਹਿ ਕੇ ਮੈਨੂੰ ਕਮਰੇ 'ਚ ਫੋਨ ਕਰੀ ਜਾਂਦੇ ਸੀਗੇ, ਤੁਰ ਕੇ ਨਹੀਂ ਆ ਸਕੇ ਦੋ ਕਦਮ, ਬਸ ਕਰੋ ਬਸ ਕਰੋ, ਚਾਰ ਤਿੰਨ ਕੱਪ ਹੀ ਆ ਜਾਣ ਕੇ ਪਾ ਕੇ ਨਾ। ਆਹ ਪੀਂਦੇ ਗਾਈ ਤੁਸੀਂ, ਸਾਨੂੰ ਪੈਂਦੇ ਅਸੀਂ ਚਾਹ ਨਹੀਂ ਪੀਂਦੇ, ਅਸੀਂ ਬੋਰਨ ਬੇਟੇ ਵਾਲਾ ਦੁੱਧ ਪੀਂਦੇ ਹਾਂ, ਡੋਲ ਤੋਂ ਖਿਲਾਰ ਦੋ ਮੈਂ ਨਾ, ਸਟਾਈਲ ਆ ਮੇਰਾ ਹੈਗਾ ਸਟਾਈਲ, ਤੂੰ ਚੱਕਦੇ ਆ ਚਾਵਲ ਹੁਣ ਬਾਹਰ ਪਾਇਆ ਉੱਥੇ ਬਰਡਸ ਨੂੰ, ਅਜੇ ਸ਼ੁਕਰ ਆ ਥੋੜ੍ਹੇ ਡੁੱਲੇ ਸੀ, ਬਾੜੇ ਨਹੀਂ ਡੁੱਲੇ। ਮੈਂ ਤੁਹਾਨੂੰ ਦੱਸਿਆ ਹੀ ਵੀ ਉੱਪਰਲੀ ਬਾਰੀ 'ਚ ਪਈ ਹੈ, ਥੱਲੇ ਤਾਂ ਜਾਣ ਦੀ ਲੋੜ ਹੀ ਨਹੀਂ ਸੀ, ਮੈਨੂੰ ਉਠਾਉਣਾ ਸੀ ਬਸ ਸਾਬੂ, ਬੈੱਡ ਤੋਂ ਗੱਲ ਕੁਛ ਨਹੀਂ, ਮੇਰਾ ਧਿਆਨ ਨਹੀਂ ਸੀ ਸਾਬੂ, ਦੇਖੋ ਪਿੱਛੇ ਆਪਦੇ ਰਿਮੋਟ ਰੱਖੀ ਬੈਠ, ਰਿਮੋਟ ਵੀ ਨਾਲ ਨਾਲ ਹੀ ਰਹਿੰਦਾ।
ਲਓ ਜੀ ਵਿੱਚ ਭੂਚਾਲ ਪੈ ਦਿੱਤਾ ਸੀ ਰਸੋਈ 'ਚ ਮੇਰੇ ਪਤੀ ਦੇਵ ਨੇ, ਅਤੇ ਹੁਣ ਸੈਬੂ ਕਹਿੰਦਾ ਮੈਂ ਪਾਣੀ ਪਾਉਂਦੀ ਹਾਂ, ਪਾਊਡਰ ਆਪਾਂ ਕੱਢ ਲਿਆ ਸੀਗਾ, ਹੁਣ ਪਾਣੀ ਮਿਕਸ ਕਰਦੇ ਹਾਂ। ਪਿਆਜ਼ ਟਮਾਟਰ ਬੇਲ ਪੂੜੀ ਆਪਾਂ ਪਾ ਤੀ ਅਤੇ ਹੁਣ ਬਸ ਆ ਸੌਸ ਬਣਾ ਕੇ ਪਾ ਦਾਂਗੇ। ਇਹ ਸਾਹਿਬ ਗੁਣ ਸਿੰਘ ਜੀ ਕਰਨਗੇ ਕੰਮ, ਸਾਰਿਆਂ ਨੂੰ ਕੰਮ ਲਾਇਆ ਮੈਂ। ਖਾਣਾ ਕੋਈ ਸੌਖਾ ਪਿਆ, ਸਾਰੇ ਜਾਣੇ ਕਰੋ ਕੰਮ ਅਤੇ ਖਾਓ ਹੈ ਨਾ ਵੀ ਮਜ਼ੇ ਨਾਲ। ਇੱਧਰ ਆ ਗਿਆ ਦੁੱਧੂ, ਤੁਹਾਡਾ ਪਾਣੀ, ਥੈਂਕ ਯੂ, ਰੱਖ ਦਿਓ ਇੱਥੇ ਰੱਖ ਲਓ। ਸੈਬੂ ਨੇ ਬਣਾਈ ਬੇਲ ਪੂੜੀ, ਸੈਬੂ ਦੀ ਮਿਹਨਤ ਕੀਤੀ, ਅੱਜ ਸੈਬੂ ਨੇ ਇੰਨੀ ਮਿਹਨਤ ਕੀਤੀ ਬੇਲ ਪੂੜੀ ਖਾਣ ਵਾਸਤੇ, ਸਾਰੇ ਡੱਬਰ ਨੇ ਕੀਤੀ। ਸੈਬੂ ਨੇ ਸਮਾਨ ਲਿਆ ਕੇ ਦਿੱਤਾ, ਮੈਂ ਕੱਟ ਕੇ ਦਿੱਤਾ, ਜਨਾਬ ਜੀ ਨੇ ਦੁੱਧ ਬਣਾ ਕੇ ਦਿੱਤਾ ਅੰਦਰ, ਨਾਲ ਖਾਣਾ ਡੋਲਤੀ, ਸੋਰੀ ਚਾਵਲ ਡੋਲਤੇ। ਫਿਰ ਅਸੀਂ ਹੁਣ ਦੁੱਧ ਪੀਵਾਂਗੇ, ਬੇਲ ਪੂੜੀ ਖਾਵਾਂਗੇ, ਫਿਰ ਵਿਹਲੇ ਹੋ ਜਾਵਾਂਗੇ। ਸਾਹਿਬ ਗੁਣ ਅਸੀਂ ਦੋਨੋਂ ਇਕੱਲੇ ਰਹਿ ਜਾਵਾਂਗੇ, ਘਰੇ ਚਲੇ ਜਾਣਗੇ ਸਾਨੂੰ ਛੱਡ ਕੇ, ਮੈਂ ਛੱਡ ਕੇ ਨਹੀਂ ਜਾਣਾ ਮੁੰਡਿਆ। ਕਦੋਂ ਤੱਕ ਆਉਂਗੇ? ਸਾਢੇ ਛੇ ਆਉਣਗੇ ਫਿਰ ਪਿਓਤੀ, ਅਸੀਂ ਮਜ਼ੇ ਕਰਾਂਗੇ ਉਹਨਾਂ 'ਚ, ਹੈ ਨਾ ਸੈਬੂ? ਹਾਂ ਜਾਓ ਜਾਓ, ਆਪਾਂ ਬਾਹਰ ਗੇੜੀ ਗੁੜੀ ਲੱਗ ਜਾਵਾਂਗੇ ਸੈਬੂ ਅੱਜ, ਠੀਕ ਹੈ? ਠੀਕ ਹੋ ਜਾ ਤੂੰ ਜਲਦੀ ਜਲਦੀ, ਫਿਰ ਆਪਾਂ ਸ਼ਾਮ ਨੂੰ ਖਾ ਕੇ ਆਵਾਂਗੇ। ਹੈਲੋ ਫਰੈਂਡਸ, ਫਰੈਂਡਸ ਤੁਹਾਨੂੰ ਪਤਾ ਹੀ ਹੈ ਨਾ ਕਿ ਸਾਹਿਬ ਦੇ ਪਾਪਾ ਚਲੇ ਗਏ ਸੀ, ਮੈਂ ਤਾਂ ਸਾਹਿਬ ਇਕੱਲੇ ਘਰੇ ਸੀ। ਸਾਹਿਬ ਦੇਖ ਰਿਹਾ ਸੀ ਟੀ ਵੀ, ਟੀ ਵੀ ਦੇਖਦੇ ਦੇਖਦੇ ਚਲੀ ਗਈ ਲਾਈਟ, ਬਾਅਦ 'ਚੋਂ ਫਿਰ ਇਹ ਮੇਰੇ ਨਾਲ ਪਿਆ ਪਿਆ ਸੌ ਗਿਆ, ਅਤੇ ਹੁਣ ਮੈਂ ਲਾਈਟਸ ਔਫ ਸੀਗੀਆਂ, ਹੁਣ ਮੈਂ ਲਾਈਟਸ ਹੀ ਛੱਡੀਆਂ, ਸੁੱਤਾ ਪਿਆ ਮੈਂ, ਠਾਇਆ ਉੱਠਿਆ ਨਹੀਂ, ਟੀ ਵੀ ਆ ਗਿਆ, ਉਹ ਲਾਈਟ ਆ ਗਈ, ਟੀ ਵੀ ਆ ਗਿਆ, ਲਾਈਟ ਆ ਗਈ, ਅਤੇ ਮੈਂ ਟੀ ਵੀ ਦਾ ਔਨ ਕਰਨ ਮੈਂ ਰਿਮੋਟ ਦੇਖ ਰਹੀ ਹਾਂ, ਰਿਮੋਟ ਦੇਖੋ ਪੂਰਾ ਕੱਸ ਕੇ ਫੜ ਕੇ ਪਿਆ, ਸੁੱਤਾ ਪਿਆ ਪੂਰਾ ਭੋਗ ਸੁੱਤਾ ਪਿਆ। ਸ਼ਾਮ ਦੇ 6 ਵੱਜਣ ਵਾਲੇ ਆ, ਮੈਂ ਇਹਨੂੰ ਕਿਹਾ ਸੀ ਲਾਈਟ ਆ ਗਈ ਫਿਰ ਦੇਖ ਲਈ, ਦੇਖ ਕੂਕ ਸੁੱਤਾ ਪਿਆ ਬਟ ਰਿਮੋਟ ਨਹੀਂ ਛੱਡਦਾ ਪਿਆ, ਛੱਡਦੇ ਖਿੱਚੀਏ, ਦੇਖ ਹੱਥ ਵੀ ਨਾਲ 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 ਨਾਲ, ਬਾਂਹ ਵੀ ਸਿੱਧੀ ਹੋ ਗਈ ਸਾਹਿਬ ਦੀ। ਮਿਲ ਗਿਆ ਸੈਬੂ ਤੇਰਾ ਰਿਮੋਟ, ਮਿਲ ਗਿਆ, ਆਪਾਂ ਹੁਣ ਲਾਉਂਦੇ ਥੋੜ੍ਹਾ ਚਿਰ ਟੀ ਵੀ ਦੇਖਦੇ ਹਾਂ, ਟੀ ਵੀ ਸੈਬੂ ਦੇ ਸੁੱਤੇ ਸੁੱਤੇ, ਫਿਰ ਇਹਨੂੰ ਉਠਾ ਦਿੰਦੇ ਹਾਂ 10 ਕੁ ਮਿੰਟਾਂ ਤੱਕ ਉਠਾ ਦਾਂਗੇ, ਕਿਉਂਕਿ ਫਿਰ ਇਹ ਨਹੀਂ ਜਾ ਰਾਤ ਨੂੰ ਜਲਦੀ ਨਹੀਂ ਸੌਣਾ, ਫਿਰ ਰਾਤ ਨੂੰ ਤੰਗ ਕਰੂਗਾ। ਨਾਲ ਨਾਲ ਆਪਾਂ ਟੀ ਵੀ ਚਲਾਉਂਦੇ ਹਾਂ, ਨਾਲ ਨਾਲ ਕੱਟਦੇ ਹਾਂ ਸਬਜ਼ੀ ਸੁਬਜ਼ੀ ਕੱਟਦੇ ਹਾਂ। ਲਓ ਜੀ ਅੱਛਾ ਆਪਾਂ ਬਣਾ ਰਹੇ ਹਾਂ ਭਿੰਡੀ, ਜਿਹੜੀ ਕਿ ਰਾਤ ਕੈਂਸਲ ਹੋ ਗਈ ਸੀਗੀ, ਧੋ ਕੇ ਮੈਂ ਇੱਥੇ ਰੱਖ ਲਈ ਆਪਦੇ ਕੋਲ, ਸਾਈਡ ਸੁੱਤਾ ਪਿਆ ਹਜੇ ਤੱਕ, ਉਹਨਾਂ ਨੂੰ ਸੁੱਕ ਜੂਗੀ, ਉਹਨਾਂ ਚਿਰ ਆਪਾਂ ਪਿਆਜ਼ ਵਗੈਰਾ ਸੈਲਡ ਵਗੈਰਾ ਕੱਟਦੇ ਹਾਂ, ਖਰਬੂਜਾ ਅਤੇ ਖੀਰੇ ਕੱਟਾਂਗੇ, ਅਤੇ ਉਹਨਾਂ ਨੂੰ ਭਿੰਡੀ ਸੁੱਕ ਜੂਗੀ ਫਿਰ ਸਾਫ਼ ਕਰਕੇ ਕੱਟ ਲਾਂਗੇ, ਧੋ ਕੇ ਸੁੱਕਣੇ ਪਾਈਏ। ਓਕੇ ਜੀ ਅੱਜ ਜੀ ਉੱਥ ਜੋ ਗੁੱਡ ਮਾਰਨਿੰਗ ਗੁੱਡ ਈਵਨਿੰਗ ਹੋ ਗਈ, ਕੰਨ 'ਚ ਖੁਰਕਦਾ ਖੁਰਕਦਾ ਹੀ ਰਿਹਾ ਕਰ ਬਸ ਤੂੰ। ਮੈਂ ਸਾਬੂ ਨੂੰ ਲੱਤ ਤੋਂ ਫੜ ਕੇ ਠੋਇਆ, ਕਹਿੰਦਾ ਕੀ ਆ ਯਾਰ ਮੇਰੀ ਲੱਤ ਤੋੜਤੀ, ਕੀ ਆ ਯਾਰ ਮੇਰੀ ਲੱਤ ਤੋੜਤੀ, ਮੇਰੀ ਭਿੰਡੀਆਂ ਦੇਖੋ ਵਿੱਚ ਹੀ ਫਿਰਦੀਆਂ ਹਜੇ, ਮੈਂ
ਪਿਆਜ਼ ਵੀ ਉਹੀ ਆ, ਵਿੱਚ ਫੋਨ ਆ ਗਿਆ ਸੀ, ਮੈਂ ਗੱਲਾਂ ਮਾਰਨ ਲੱਗ ਗਈ, ਆਈ ਆਈ ਛਿੱਲੇ ਸੀ ਅਜੇ ਇੰਨੇ ਕੀ। ਗੁੱਡ ਮਾਰਨਿੰਗ, ਗੁੱਡ ਮਾਰਨਿੰਗ, ਗੁੱਡ ਮਾਰਨਿੰਗ, ਗੁੱਡ ਮਾਰਨਿੰਗ। ਲਓ ਜੀ ਅੱਜ ਮੇਰੇ ਤੋਂ ਪਹਿਲਾਂ ਪਹੁੰਚਿਆ ਤੇ ਬੰਨੂ ਆ ਗਏ। ਕਿਵੇਂ ਆ? ਚੱਲ ਦੁਬਾਰਾ ਕਰ, ਉੱਥੇ ਇੱਥੇ ਖੜ, ਇੱਥੇ ਬਾਲ, ਹਾਂ ਉੱਚੀ ਬੋਲ, ਮੁੰਨੇ ਨੂੰ ਨੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਥੱਲੇ ਬਹਿ ਜਾ, ਬਹਿ ਜਾ, ਬੈਠੀ ਵੇ, ਹਾਂ ਮੇਰੇ ਵਾਂਗੂ ਬਹਿਣਾ ਸੀਗਾ, ਮੈਂ ਤਾਂ ਤੇਰੀ ਵੀਡੀਓ ਬਣਾਉਂਦਾ ਡਿੱਗ ਗਿਆ। ਖੁੱਲੀ ਹੁੰਦੀਆਂ ਇਹ, ਫੋਟੋ ਨਾਪ ਦੀ ਕਿੱਥੋਂ ਮਿਲ ਜਾਂਦੀ, ਚੈੱਕ ਨਹੀਂ ਕੀਤੀ, ਆਈ ਹੁੰਦੀਆਂ ਦਿਖਾਵਾਂਗੇ ਤੁਹਾਨੂੰ ਜਲਦੀ ਗੁਨੂ ਦੀ। ਲਓ ਜੀ ਕਹਿੰਦੇ ਕੰਮਾਂ ਕਾਰਾਂ ਹੋ ਗਏ ਸੀ ਫ੍ਰੀ, ਗੁੰਨੂ ਨੂੰ ਵੀ ਲਿਆ ਅਕੈਡਮੀ ਵੀ, ਤੂੰ ਵੀ ਵਿਹਲੇ ਹੋ ਗਏ, ਮੈਚ ਹੋ ਗਿਆ ਡਿਲੇ, ਕਾਹਦੇ ਵੈਦਰ ਕਰਕੇ ਡਿਲੇ ਹੋ ਗਿਆ ਮੈਚ, ਮੌਸਮ ਖਰਾਬ ਹੋਣਾ ਬਾਏ, ਕਿੱਥੇ ਵੀ ਹੈਗਾ ਮੀਨਸ ਮੈਚ ਉੱਥੇ ਬਹੁਤ ਮੌਸਮ ਖਰਾਬ ਹੋ ਗਿਆ, ਹਜੇ ਮੈਚ ਚੱਲਦਾ ਨਹੀਂ ਕਹਿੰਦੇ, ਅਤੇ ਮੈਂ ਕਿਹਾ ਮੈਂ ਅੱਜ ਮੂਡ ਘੈਂਟ ਆਪਣਾ, ਅਤੇ ਅੱਜ ਪਨੀਰ ਦਾ ਬਣਾ ਕੇ ਖਵਾਇਆ ਸੀ ਆਪਾਂ, ਅੱਜ ਇਹਨੇ ਭਿੰਡੀ ਬਣਾ ਕੇ ਖਵਾਉਂਦੇ ਹਾਂ, ਮੇਰੇ ਹੱਥ ਦਿਖਾਓਗੇ ਭਿੰਡੀ, ਹੈਂ ਬਣਾ ਕੇ ਦਵਾਂ, ਸਵਾਦ ਹੀ ਬਣਾਉਂਦਾ ਮੈਂ, ਪਿਆਰ ਸਵਾਦ ਹੀ ਹੁੰਦਾ। ਗੁੱਡ, ਚਲੋ ਕੈਮਰਾ ਮੈਨੂੰ ਦਿਓ, ਤੁਸੀਂ ਆਪਦੇ ਕੰਮ ਤੇ ਲੱਗੋ। ਓਕੇ ਓਕੇ, ਕੜਾਈ ਹੋ ਗਈ ਆਪਣੀ ਗਰਮ, ਅਤੇ ਆਪਾਂ ਪਾਵਾਂਗੇ ਇਸਮੇ ਹਮ ਤੇਲ, ਕੀ ਪਾਵਾਂਗੇ? ਤੇਲ। ਮੈਨੂੰ ਅੱਜ ਭਿੰਡੀ ਪਵਾਉਂਗਾ ਤੁਹਾਨੂੰ ਮੈਂ, ਫਰਾਈਡ ਭਿੰਡੀ। ਓਕੇ ਠੀਕ ਹੈ, ਕਮਲੀ ਨੇ, ਚੱਲ ਕੋਈ ਨਾ, ਮੇਰੇ ਪੁੱਤ ਨੂੰ ਤੰਗ ਨੀ ਕਰਨਾ ਕਮਲੀ ਕੁੜੀ, ਚੱਲ ਕੋਈ ਨਾ ਕੋਈ ਨਾ, ਖੇਲ ਟੀਵੀ ਦੇਖ ਲਾ, ਲਾਈਟ ਆ ਗਈ, ਲਾਈਟ 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 ਆ ਗਈ, ਲਾਈਟ ਆ ਗਈ। ਮੰਮਾ ਸਾਈਕਲਿੰਗ ਕਰ ਲਾ। ਨਹੀਂ ਬਸ ਹਨੇਰਾ ਹੋ ਗਿਆ। ਹਾਂਜੀ ਕਿੱਥੇ ਪਹੁੰਚੇ, ਹੋ ਗਿਆ ਤੇਲ ਗਰਮ ਤੁਹਾਡਾ? ਤਾਂ ਸਮਾਨ ਹੀ ਲੱਭ ਰਿਹਾ, ਕੀ ਕੁਛ ਪਾਉਂਗੇ ਦੇਖੀ ਜਾਂਦੀ ਹੈ, ਚਾਹ ਪੱਤੇ ਪਾਉਂਗੇ? ਓ ਮੇਰਾ ਟਿੱਕਿਆ ਹੀ ਹੁੰਦਾ ਆਲਰੇਡੀ। ਨੁਕਸਾਨ ਹੋ ਗਿਆ, ਇੱਕ ਭਿੰਡੀ ਹਮਾਰੀ ਨੀਚੇ ਗਿਰ ਗਈ, ਆਪਕੋ ਖਵਾਏਂਗੇ? ਤੁਸੀਂ ਕਿਵੇਂ ਬਣਾਉਣੇ ਹੋ? ਮੈਂ ਪਹਿਲਾਂ ਭਿੰਡੀ ਫਰਾਈ ਕਰੂੰਗਾ। ਤੁਸੀਂ ਆਪਦੇ ਤਰੀਕੇ ਨਾਲ ਬਣਾਓ, ਮੇਰਾ ਤਰੀਕਾ ਤਾਂ ਦੇਖਿਆ ਹੀ ਹੈ ਸਾਰਿਆਂ ਦਾ, ਦੂਰ ਕਿਲੋਮੀਟਰ ਦੂਰ ਜਾਵੜੇ। ਫਰਾਈ ਭਿੰਡੀ, ਪੂਰੀ ਭਿੰਡੀ ਬੋਲੋ, ਅੱਜ ਖਾਵਾਂਗੇ ਹਸਬੈਂਡ ਦੇ ਹੱਥ ਦੀ ਫਰਾਈ ਭਿੰਡੀ। ਮਸਾਲੇ ਬਾਅਦ ਚ ਪਾਉਂਗਾ, ਇੱਕ ਬੋਲੀ ਚ ਪਾ ਕੇ ਰੱਖ ਲੈਣਾ।
ਜ਼ਿਆਦਾ ਸੇਕ ਨਹੀਂ ਲਵਾਉਣਾ ਆਪਾਂ ਇਹਨੂੰ, ਹਲਕਾ ਜਿਹਾ ਸੇਕ ਹੀ ਲਵਾਵਾਂਗੇ। ਬਾਲੀ ਘੁਲੀ ਜੀ ਨਹੀਂ ਬਣਾਉਣੀ ਆਪਾਂ, ਘੁਲੀ ਵੀ ਨਹੀਂ ਜੀ, ਘੁਲੀ ਵੀ ਨਹੀਂ ਜੀ। ਓਕੇ ਜੀ, ਓਕੇ ਜੀ, ਡਨ। ਸਿੱਖ ਲਓ ਚੰਗੀ ਤਰ੍ਹਾਂ, ਸਿਖਾਓ ਜੀ, ਸਿਖਾਓ। ਲਓ ਜੀ, ਕਿੱਥੇ ਪਹੁੰਚ ਗਏ, ਚੰਗੀ ਤਰ੍ਹਾਂ ਹੋ ਗਈ, ਦੇਖੋ ਦਿਖਣ ਲੱਗ ਗਏ ਹੈਨਾ, ਬਰਾਊਨ ਬਰਾਊਨ ਹੋ ਗਈ। ਹੁਣ ਉਸ ਤੋਂ ਬਾਅਦ ਕਰਾਂਗੇ ਆਪਾਂ ਪਿਆਜ਼ਾਂ ਨੂੰ ਫਰਾਈ, ਫਰਾਈਡ ਕਰਾਂਗੇ ਪਿਆਜ਼ ਨੂੰ। ਮਸਾਲੇ ਵਗੈਰਾ ਮੈਂ ਤਾਜ਼ੇ ਰੱਖ ਲਏ, ਬਾਅਦ 'ਚ ਦੱਸਦਾ ਕੀ ਕੀ ਪਾਇਆ ਮੈਂ। ਟੈਂਚ ਕਰੋਗੇ ਹੈ, ਪਲੇਟ ਫੜੋ, ਪਲੇਟ ਨਾ ਗਿਰ ਜੇ। ਲੋ ਜੀ, ਭਿੰਡੀ ਨੂੰ ਪਲੇਟ 'ਚ ਕੱਢ ਰਹੇ ਆ ਜਨਾਬ ਜੀ, ਦੇਖੀ ਜਾਂਦੀ ਅੱਜ ਕੀ ਕਰਦੇ ਆ। ਘੈਂਟ ਚੀਜ਼ ਪਾਵਾਂਗੇ, ਡਰਦੀ ਕਿਉਂ, ਡਰ ਲੱਗਦਾ ਨਹੀਂ। ਲਓ ਜੀ, ਕੱਢ ਕਰਤੀ ਕੜਾਈ ਖਾਲੀ ਜਨਾਬ ਜੀ ਨੇ, ਹੁਣ ਦੇਖਦੇ ਆ ਅੱਗੇ ਕੀ ਕਰਦੇ ਆ। ਪਿਆਜ਼ ਫਰਾਈ, ਹੁਣ ਪਿਆਜ਼ ਫਰਾਈ ਕਰਨਗੇ। ਮੇਰੀ ਮੈਂ ਓਨੀਅਨ ਗਰਮ ਹੋਣ ਦੋ ਜੇ, ਤੇਲ ਗਰਮ ਹੋ ਗਿਆ ਆਪਣਾ। ਆ ਦੇਖੋ ਗਾਈਸ, ਜੀਰਾ, ਅਜਵੈਨ ਤੇ ਹੀਂਗ, ਹੀਂਗ ਹੀਂਗ। ਹੁਣ ਆ ਗਈ ਆਪਣੀ ਪਿਆਜ਼ ਦੀ ਵਾਰੀ, ਓਨੀਅਨ 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 ਛਿੱਟੇ ਪੈਣਗੇ। ਨਹੀਂ ਪਏ, ਨਹੀਂ ਪਏ, ਨਹੀਂ ਪਏ, ਕਿਆ ਬਾਤ ਹੈ, ਕਿਆ ਬਾਤ ਹੈ। ਇੱਕ ਭਿੰਡੀ ਡਿੱਗ ਪਈ ਵਿੱਚ ਤੁਹਾਡੀ, ਖਾ ਕਿਵੇਂ ਆ ਗਈ ਹੈ, ਚਮਚੇ ਨਾਲ ਇੱਕ ਭਿੰਡੀ ਆ ਗਈ ਵਿੱਚ। ਵਾਹ, ਸਮੈਲ ਕਿੱਡੀ ਸੋਹਣੀ ਆਉਣ ਲੱਗੀ, ਖੁਸ਼ਬੂਆਂ ਫਲਾ ਦੇਣੀਆਂ ਆਪਾਂ ਸਾਰੇ। ਇਹ ਪਾਪਾ ਫਰਾਈਡ ਭਿੰਡੀ ਬਣਦੀ ਅੱਜ, ਕੀ ਬਣਦੀ ਹੈ, ਪਾਪਾ ਫਰਾਈਡ ਭਿੰਡੀ। ਯੈਸ, ਭਿੰਡੀ ਦਾ ਮੰਮਾ ਫਰਾਈਡ, ਮੰਮਾ ਨੇ ਤਾਂ ਕੋਈ ਨਹੀਂ ਫਰਾਈ, ਪਾਪਾ ਖਾਣਗੇ। ਪਾਪਾ ਫਰਾਈਡ ਭਿੰਡੀ, ਕੀ ਨਾਮ ਹੈ ਅੱਜ ਤੋਂ ਭਿੰਡੀ ਦਾ ਨਾਮ? ਪਾਪਾ ਫਰਾਈਡ ਭਿੰਡੀ। ਸਾਰੇ ਬੋਲੋ, ਸਾਡੇ ਘਰੇ ਬਣੀ ਪਾਪਾ ਫਰਾਈਡ ਭਿੰਡੀ। ਸਾਰੇ ਉੱਚੀ ਤਾਰੀ ਬੋਲੋ, ਪਾਪਾ ਫਰਾਈਡ ਭਿੰਡੀ। ਜ਼ਿਆਦਾ ਹੋ ਗਿਆ ਕੁਝ, ਉਹਦੇ ਵਿੱਚ ਇੱਕ ਭਿੰਡੀ ਰਹਿ ਗਈ। ਇਹ ਜਾਣ ਕੇ ਪਾਈਏ, ਨਜ਼ਰ ਨਾ ਲੱਗੇ। ਗਰਮ ਹੋ ਗਿਆ ਮੈਂ, ਓ ਹੋ ਹੋ, ਨਾਲ ਨਾਲ ਇਹ ਵੀ ਪਤਾ ਲੱਗੂਗਾ ਵੀ ਰਸੋਈ 'ਚ ਕਿੰਨੇ ਕੁ ਗਰਮੀ ਹੁੰਦੀ ਹੈ ਨਾ। ਮੈਂ ਤਾਂ ਰਸੋਈ 'ਚ ਹੁੰਦਾ। ਗੁੰਨੂ ਹੁਣ ਹੁੰਦੇ ਪਾਪਾ ਰਸੋਈ 'ਚ? ਜਦੋਂ ਮੰਮਾ ਰਸੋਈ 'ਚ ਹੁੰਦੇ ਪਾਪਾ ਕਿੱਥੇ ਹੁੰਦੇ ਆ? ਲੌਬੀ 'ਚ, ਸੋਫੇ ਤੇ। ਆਈ ਡੂ ਮਾਈ ਵਰਕ, ਓ ਮਾਈ ਗੋਡ। ਗਰਮੀ ਕਿੰਨੀ ਆ, ਬਰਾਊਨ ਹੋਣ ਲੱਗ ਗਿਆ ਆਪਣੀ ਪਿਆਜ਼, ਦੇਖੋ। ਰੈੱਡ ਚਿਲੀ, ਯੈਲੋ ਚਿਲੀ, ਠੀਕ ਹੈ, ਨਮਕ, ਧਨੀਆ ਪਾਊਡਰ, ਮੈਗੀ ਮਸਾਲਾ। ਵਾਓ ਵਾਓ, ਕਿਆ ਬਾਤ ਹੈ, ਕਿਆ ਬਾਤ ਹੈ। ਇਹ ਯੈਲੋ ਚਿੱਲੀ ਨਹੀਂ ਬੋਲਦੇ ਇਹਨੂੰ, ਹਲਦੀ, ਹਲਦੀ ਪਾਊਡਰ, ਹਲਦੀ ਪਾਊਡਰ। ਯੈਸ, ਵਾਹ, ਕਿਆ ਬਾਤ ਹੈ, ਦੇਖਣ 'ਚ ਕਿਵੇਂ ਲੱਗਦੀ ਹੈ ਕੈਮਰੇ 'ਚ? ਬਹੁਤ ਘੈਂਟ। ਗੈਸ ਆਪਾਂ ਘੱਟ ਕਰਦੇ, ਚੜ੍ਹ ਗਈ। ਆਈ ਆ ਫਿਰ, ਪਹਿਲੀ ਵਾਰੀ ਬਣਾਓਗੇ ਤਾਂ ਅਸੀਂ ਵੀ ਦੇਖ ਲਈਏ ਤੁਹਾਡਾ ਤਰੀਕਾ ਕੀ ਹੈ, ਸਾਨੂੰ ਨਾ ਚੜ੍ਹੇ। ਚਿਮਨੀ ਚਲਾ ਦਾ, ਜਹਾਜ਼ ਨਹੀਂ ਚਲਾਉਣਾ ਜੀ। ਆਪਣੇ ਪਿਆਜ਼ ਹੋ ਗਏ, ਹੁਣ ਆਪਣੇ ਅੱਧ ਕੱਚੇ ਚਾਚੇ ਮਸਾਲਾ ਚੜ੍ਹ ਜਾਂਦਾ, ਅੱਧ ਕੱਚੇ ਜੇ ਅੱਧ ਅੱਧੇ ਨਹੀਂ ਕਰਦੇ ਆਪਾਂ, ਪੂਰੇ ਨਹੀਂ ਕਰਦੇ। ਹੁਣ ਵਾਰੀ ਆਪਣੀ, ਜਿਹੜੀ ਆਪਾਂ ਭਿੰਡੀਆਂ ਫਰਾਈ ਕਰਕੇ ਰੱਖੀਆਂ ਹੋਈਆਂ ਸੀਗੀਆਂ, ਭਿੰਡੀਆਂ ਪਾਉਣ ਦੀ ਵਾਰੀ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਪਾਪਾ ਫਰਾਈਡ ਭਿੰਡੀ ਬਣੀ ਅੱਜ। ਕੌਣ ਬਣੀ ਪਾਪਾ ਫਰਾਈਡ? ਪਾਪਾ ਫਰਾਈਡ ਭਿੰਡੀ। ਹੁਣ ਤੋਂ ਅੱਜ ਤੋਂ ਬਾਅਦ ਜੋ ਵੀ ਸਾਡੇ ਘਰੇ ਸਬਜ਼ੀਆਂ ਬਣਨਗੀਆਂ ਉਹ ਪਾਪਾ ਦੀ
ਰੈਸਪੀ ਹੋਇਆ ਕਰੂਗੀ, ਪਾਪਾ ਦੀਆਂ ਫਰਾਈਡ ਹੀ ਹੋਇਆ ਕਰਨੀ, ਥੋੜੇ ਪਾਪਾ ਦੀ ਖਾਇਆ ਕਰੂਗਾ। ਯੈਸ, ਅੱਜ ਤੋਂ ਇਤਿਹਾਸ ਲਿਖਿਆ ਜਾਣਾ। ਪਾਪਾ ਬਣਾਇਆ ਕਰਨਗੇ, ਚੱਕ ਲਓ ਯੂਟਿਊਬ ਤੇ ਪਾਪਾ ਫਰਾਈਡ ਪਿੰਡੀ, ਪਾਪਾ ਫਰਾਈਡ ਪਿੰਡੀ। ਚਲੋ ਹੁਣ ਬਣੂਗੀ ਤਾਂ ਫਿਰ ਟੇਸਟ ਦਾ ਬਾਅਦ 'ਚੋਂ ਪਤਾ ਲੱਗੂ ਆਪਾਂ ਨੂੰ ਜਦੋਂ ਖਾਣਗੇ ਸਾਰੇ। ਉਹ 2 ਮਿੰਟ ਸੇਕ ਲਵਾ ਕੇ ਪਿੰਡੀ ਡਨ, ਪਿੰਡੀ ਰੈਡੀ 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 ਚੈਡੀ ਹੋ ਜਾਣੀ ਹੈ। ਦੇਖਣ 'ਚ ਤਾਂ ਵਧੀਆ ਲੱਗ ਰਹੀ ਹੈ, ਬਾਕੀ ਖਾਣ 'ਚ ਪਤਾ ਨਹੀਂ। ਫੋਟੋ 'ਚ ਕਿਵੇਂ ਲੱਗਦਾ, ਕਿਵੇਂ ਲੱਗਦਾ ਦੱਸਿਓ ਭਾਈ ਜ਼ਰੂਰ। ਚਲੋ ਆਓ ਜੀ, ਕਿਆ ਬਾਤਾਂ ਕਹਿੰਦੇ ਕਹਿੰਦੇ ਲਾਲਾ ਡਿੱਗਣ ਲੱਗ ਗਿਆ ਮੇਰੇ ਤਾਂ ਆਪਣੀਆਂ। ਚੈੱਕ ਕਰੋ ਪਾਪਾ ਫਰਾਈਡ ਭਿੰਡੀ ਕਿਵੇਂ ਬਣੀ ਹੈ, ਕਮੈਂਟ ਕਰਕੇ ਜ਼ਰੂਰ ਦੱਸਿਓ। ਵਾਓ ਘੈਂਟ ਬਣ ਜਾਣੀ, ਮੈਨੂੰ ਲੱਗਦਾ ਮਜ਼ਾ ਆ ਗਿਆ। ਅੱਜ ਤਾਂ ਖਾਧੀ ਨਹੀਂ ਗੀ ਬਟ ਦੇਖਣ 'ਚ ਮਜ਼ਾ ਆ ਗਿਆ, ਬਾਕੀ ਖਾਣ ਵਾਲੇ ਦੱਸਣਗੇ। ਵਾਓ ਵਾਓ ਵਾਓ, ਸਹੀ ਥੋੜ੍ਹਾ ਜਿਹਾ ਲਵਾ ਦਈਏ ਫਿਰ ਬੰਦ ਕਰ ਦਾਂਗੇ। ਮੇਰੀ ਘਰ ਵਾਲੀ ਅੱਜ ਆਪਦੇ ਘਰ ਵਾਲੀ ਨਾਲ ਰੋਟੀ ਖਾਊਗੀ, ਕਿਉਂਕਿ ਕਹਿੰਦੇ ਕਹਿੰਦੇ ਅੱਜ ਮੇਰੇ ਹਸਬੈਂਡ ਨੇ ਅੱਜ ਮੇਰੇ ਨੇ ਰੋਟੀ ਨਹੀਂ ਸਬਜ਼ੀ ਬਣਾਈ ਹੈ। ਪਾਪਾ ਫਰਾਈਡ ਭਿੰਡੀ ਬਣੀ ਹੈ, ਕੀ ਬਣਿਆ ਪਾਪਾ ਫਰਾਈਡ ਭਿੰਡੀ। ਮੁੰਡਾ ਮੇਰਾ ਖਾਂਦਾ ਹੀ ਨਹੀਂ, ਮੈਂ ਐਡੀ ਸਵਾਦ ਭਿੰਡੀ ਬਣਾਈ ਹੈ ਹਜੇ ਟੇਸਟ ਨਹੀਂ ਕੀਤੀ। ਉਹ ਦਾਦੀ ਨੂੰ ਪੁੱਛ ਕੇ ਆ ਭਿੰਡੀ ਕਿਵੇਂ ਬਣੀ, ਪਾਪਾ ਨੇ ਬਣਾਈ ਕਿ। ਉਹ ਕਹਿੰਦੇ ਕੌਣ ਆ ਗਿਆ, ਕਹਿੰਦੇ ਭਿੰਡੀ ਆਉਂਦੀ ਹੈ। ਦਾਦੀ ਤੋਂ ਪੁੱਛ ਕੇ ਆਉਣਾ ਕਿਵੇਂ, ਦਾਦੀ ਕਿਵੇਂ ਬਣੀ ਹੈ ਭਿੰਡੀ, ਇੱਕ ਮਿੰਟ ਰੁਕੋ। ਦਾਦੀ ਭਿੰਡੀ ਕਿਵੇਂ ਬਣੀ ਹੈ, ਕਿਹਨੇ ਬਣਾਈ ਹੈ, ਗਲਤ ਪਾਪਾ ਫਰਾਈਡ ਭਿੰਡੀ। ਹਰ ਇੱਕ ਪਾਪਾ ਨੇ ਬਣਾਈ ਹੈ। ਹੈਂ ਹੁਣ ਮੇਰੀ ਧੀ ਰਾਣੀ ਦੱਸੂਗੀ ਕਿਵੇਂ ਬਣੀ ਹੈ, ਕੀ ਫਰਕ ਹੈ, ਸਵਾਦ ਹੈ ਟੇਸਟ ਦਾ ਫਰਾਈਡ ਭਿੰਡੀ ਹੈ। ਯੈਸ ਮੈਨੂੰ ਪਤਾ ਤੁਸੀਂ ਕਿਵੇਂ ਬਣਾਈ ਹੈ। ਪਹਿਲਾਂ ਤੁਸੀਂ ਘਿਓ ਨੂੰ ਗਰਮ ਕੀਤਾ, ਉਹਦੇ 'ਚ ਭਿੰਡੀ ਸਾਰੀ ਫਰਾਈਡ ਕਰ ਲਈ, ਫਿਰ ਉਹਦਾ ਮਸਾਲਾ ਬਣਾਇਆ, ਫਿਰ ਉਹਨੂੰ ਗਰਮ ਕੀਤੀ। ਖਾ ਲਓ ਰੋਟੀ। ਆਓ ਜੀ ਮੈਡਮ ਆ ਗਈ, ਰੋਟੀ ਬਣਾਈ ਮੈਡਮ ਨੇ, ਪਾਪਾ ਫਰਾਈਡ ਭਿੰਡੀ ਬਣਾਈ ਪਾਪਾ ਨੇ, ਤੇਰੇ ਪਾਪੇ ਨੇ ਥੋੜਾ, ਮੇਰੇ ਪਤੀ ਦੇਵ ਨੇ, ਹਾਂ ਹਸਬੈਂਡ ਨੇ, ਤੁਹਾਡੇ ਹਸਬੈਂਡ ਨੇ, ਪਤੀ ਦੇਵ ਦੇ ਹੱਥ ਦੀ ਭਿੰਡੀ ਖਾਣੀ। ਪਾਣੀ ਆ ਗਿਆ ਮੂੰਹ 'ਚ, ਮੇਰੇ ਪਤੀ ਫੋਟੋ ਕਿਵੇਂ ਲੱਗਦੀ ਹੈ, ਘੈਂਟ ਲੱਗਦੀ ਹੈ ਦੇਖਣ 'ਚ, ਦੇਖਣ 'ਚ ਘੈਂਟ ਲੱਗਦੀ ਹੈ ਨਾ, ਖਾਣ 'ਚ ਲੱਗਦੀ ਹੈ। ਸਰ ਕਿਵੇਂ ਬੈਠਾ, ਸਰ ਨੇ ਸੈਲਡ ਵੀ ਨਹੀਂ ਖਾਇਆ ਅੱਜ, ਬਿਮਾਰ ਆ, ਖਾ ਰਿਹਾ ਉਹਨਾਂ ਹੀ ਪਿਆ ਕਾਕਾ ਜੀ। ਅਸੀਂ ਲਾਈਵ ਚੱਲਾਂਗੇ, ਕੱਟੀ ਨਹੀਂ ਜਾਊਗੀ ਵੀਡੀਓ, ਫਿਰ ਪਤਾ ਲੱਗੂਗਾ ਸਹੀ ਦੱਸਣਾ। ਠੀਕ ਹੈ ਜੀ, ਇੱਕ ਪਨੀਰ ਬਣਾਤਾ, ਉਹਨੂੰ ਭਿੰਡੀ ਬਣਾਉਣੀ ਆ ਗਈ, ਹੌਲੀ ਹੌਲੀ ਸਾਰੀਆਂ ਸਿਖਾ ਦੇਣੀਆਂ, ਠੀਕ ਹੈ, ਚੱਕ ਦੇਣਾ ਫਟਿਆ ਆਪਾਂ ਹੋਗੇ, ਨੈਕਸਟ ਚੱਕ ਦੇਣਾ ਫਟਿਆ ਆਪਾਂ। ਸੈਬੂ ਦੀ ਪਸੰਦ ਦੀ ਬਣਾ ਦਿਓ ਹੁਣ, ਉਹ ਤੁਹਾਨੂੰ ਪਤਾ ਹੀ ਹੈ ਕਿ ਜੋ
ਉਹਨੂੰ ਕਹਿੰਦੇ ਫ੍ਰੈਂਚ ਫ੍ਰਾਈਜ਼, ਮੈਂ ਤਾਂ ਪੁੱਛ ਫ੍ਰੈਂਚ ਫ੍ਰਾਈਜ਼ ਕਹਿੰਦੇ ਆ। ਸਬਜੀ 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 ਦੱਸੋ ਸਬਜੀ ਫ੍ਰੈਂਚ ਫ੍ਰਾਈਜ਼ ਆ ਪਾਪਾ। ਰੋਟੀ ਨਹੀਂ ਨਾ ਖਾਦੀ ਜਾਂਦੀ ਤਾਂ ਇਹਨਾਂ ਤੋਂ ਫ੍ਰੈਂਚ ਫ੍ਰਾਈਜ਼ ਖਾਣੇ ਆ। ਰੋਟੀ ਖਾਣੀ ਔਖੀ ਲੱਗਦੀ ਹੈ ਇਹਨਾਂ ਨੂੰ। ਫ੍ਰੈਂਚ ਫ੍ਰਾਈਜ਼ ਤਾਂ ਕਹਿੰਦੇ ਮੈਂ ਬਣਾ ਦੂੰਗਾ। ਹਾਂ ਸੈਬੂ ਬਣਾ ਦੂੰਗਾ। ਲਓ ਜੀ ਸਾਰਿਆਂ ਨੇ ਤਾਂ ਆਪਦਾ ਰਿਵਿਊ ਦੇਤਾ, ਤੁਸੀਂ ਖੁਦ ਦਾ ਰਿਵਿਊ ਖੁਦ ਦਿਓ ਹੁਣ ਵੀ ਤੁਹਾਨੂੰ ਕਿੱਦਾਂ ਲੱਗੀ ਆਪਦੇ ਹੱਥ ਦੀ। ਕੈਂਡ ਲੱਗ ਫਰਕ ਆ ਨਾ ਟੇਸਟ ਦਾ ਫਰਕ ਆ। ਕੀ ਫਰਕ ਹੈ? ਮੈਨੂੰ ਸਹੀ ਫਰਕ ਹੈ। ਧਿਆਨ ਨਾਲ ਲੱਗਣਾ। ਨਹੀਂ ਨਹੀਂ ਜਲਦੀ ਦੱਸ ਜਲਦੀ। ਪਾਪਾ ਨੇ ਬਣਾਈ ਹੈ ਫਰਾਈਡ ਕਰਕੇ ਪਹਿਲਾਂ। ਮੰਮਾ ਬਣਾਉਂਦੇ ਪਹਿਲਾਂ ਮਸਾਲਾ ਮਸੂਲਾ ਤਿਆਰ ਕਰਕੇ ਫੇਰ ਬਣਾਉਂਦੇ ਆ। ਇਹ ਚ ਫਰਕ ਹੈ, ਇਹੀ ਫਰਕ ਆ ਬਸ। ਇਧਰ ਪਾਪਾ ਨੂੰ ਮੈਂ ਹੀ ਦੱਸਿਆ ਸੀ ਜੇ ਮੈਂ ਬਣਾਉਂਦੀ ਮੈਂ ਵੀ ਐਂ ਬਣਾਉਣੀ ਸੀ। ਇਹ ਕਹਿੰਦੇ ਚੱਲ ਅੱਜ ਮੈਂ ਬਣਾਉਣਾ ਪੱਟ ਘੰਟਾ। ਅਸੀਂ ਉਹ ਮੈਂ ਭਿੰਡੀ ਖਾ ਖਾ ਕੇ ਅੱਕ ਚੁੱਕੇ ਸੀਗੇ, ਹੁਣ ਭਿੰਡੀ ਘੱਟ ਕਰਤੀ ਸੀਗੀ ਬਣਾਉਣੀ। ਅੱਜ ਕਾਫੀ ਦਿਨਾਂ ਬਾਅਦ ਵੀ ਬਣਾਈ ਆ ਤਾਂ ਵੀ ਸਵਾਦ ਲੱਗੀ ਰਾਈਟ। ਸਾਈ ਤਾਂ ਕਦੇ ਵੀ ਨਹੀਂ ਖਾਂਦਾ। ਹੁਣ ਅਸੀਂ ਰੋਟੀ ਖਾ ਲਈਏ ਫਿਰ ਮਿਲਦੇ ਆ। ਗੈਸ ਅਸੀਂ ਡਿਨਰ ਕਰ ਚੁੱਕੇ ਸੀਗੇ। ਮੈਂ ਫਰੈਸ਼ ਉਹ ਯਾਰ ਕੀ ਹੋਣਾ ਸੀਗਾ, ਯਾਦ ਆ ਗਿਆ, ਫ੍ਰੀ ਹੋ ਗਏ ਅਸੀਂ ਡਿਨਰ ਕਰਕੇ। ਗੁੰਨੂ ਆਪਣੀ ਡਰਾਈਵਿੰਗ ਨਾਲ ਜਾ ਰਹੀ ਹੈ। ਗੁੰਨੂ ਕੀ ਬਣਾਉਣਾ? ਡਾਰਕ ਅੱਜ ਬਣਾਉਣਾ ਬੁੱਕਮਾਰਕ। ਮੈਨੂੰ ਵੀ ਮਿਲਿਆ ਸੀ ਪਰ ਮੇਰਾ ਟੁੱਟੀ ਗਿਆ। ਹਾਂ ਓਕੇ, ਇਹ ਵਾਲਾ ਰੈੱਡ ਕਲਰ। ਹੁਣ ਆਪਾਂ ਸੋਈਏ, ਰਾਤ ਦੇ ਹੋ ਗਏ 10:15। ਲਿਆਓ ਜੀ ਜਲਦੀ ਗੁੰਨੂ ਜੀ, ਐਵੇਂ ਕਰਕੇ ਬੁੱਕ ਦੇ ਵਿੱਚ ਰੱਖਣਾ, ਐਵੇਂ ਕਰਕੇ ਕਰ ਦੇਣੀ ਆ ਬੁੱਕ ਬੰਦ। ਇਹ ਬਣ ਗਿਆ ਬੁੱਕ ਮਾਰਕ। ਜੇ ਕੋਈ ਪੇਜ ਖੋਲਣਾ ਹੋਵੇ ਸੇਮ ਬੁੱਕ ਖੋਲਣਾ ਹੋਵੇ ਫਿਰ ਐਵੇਂ ਖੋਲ ਕੇ। ਕਿਹੜੇ ਟੀਚਰ ਨੇ ਕਿਹਾ ਕਿਹੜੇ ਸਬਜੈਕਟ? ਲਾਇਬ੍ਰੇਰੀ। ਓਕੇ, ਇੱਕ ਉਹ ਦੂਜਾ ਬੁੱਕ ਮਾਰਕ ਹੁੰਦਾ ਜਿਸ 'ਚ ਉਹ ਟ੍ਰਾਇੰਗਲ ਵਾਲਾ ਸ਼ੇਪ ਹੁੰਦਾ, ਉਹ ਪੇਜ ਵੀ ਨਹੀਂ ਉੱਡਣ ਦਿੰਦਾ। ਓਕੇ, ਇਹ ਵੀ ਘੰਟਾ ਬਸ ਆ ਵਧੀਆ ਲੱਗਿਆ, ਸੌਖਾ ਨਾਲੇ ਜਲਦੀ ਬਣ ਗਿਆ। ਥੈਂਕ ਯੂ ਮੈਮ ਤੁਹਾਡਾ ਬਹੁਤ ਬਹੁਤ। ਓਕੇ ਬਾਏ ਗੁੰਨੂ, ਗੁੱਡ ਨਾਈਟ। ਗੁੱਡ ਨਾਈਟ। ਅੱਜ ਦਾ ਵਲੌਗ ਆਪਾਂ ਇੱਥੇ ਕਰਦੇ ਸਮਾਪਤ। ਕੱਲ ਮਿਲਦੇ ਹੋਰ ਨਵੇਂ ਵਲੌਗ 'ਚ। ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਜਾਓ, ਫਿਰ ਕੱਲ ਮਿਲਦੇ ਨਵੇਂ ਵਲੌਗ ਦੇ ਨਾਲ। ਓਕੇ ਜੀ ਬਾਏ ਬਾਏ, ਬਾਅਦ ਦੇ ਨਾਲ। ਬਾਏ ਬਾਏ। ਓਕੇ ਜੀ ਬਾਏ ਬਾਏ, ਗੁੱਡ ਨਾਈਟ। ਗਾਇਸ ਇਹ ਨਵਾਂ ਵਲੌਗ ਨਹੀਂ ਹੈਗਾ, ਇਹ ਪੁਰਾਣਾ ਹੀ ਵਲੌਗ ਹੈ। ਮੰਮੀ ਕੀ ਕਰਦੇ ਹੋ? ਸੌਣ ਲੱਗੇ ਸੀ ਅਸੀਂ, ਟਾਈਮ ਹੋ ਗਿਆ ਰਾਤ ਦੇ 10:30। ਆਪਾਂ ਐਂਡ ਤਾਂ ਕਰਤਾ ਸੀਗਾ, ਫਿਰ ਐਂਡ ਕਰਤਾ ਸੀਗਾ। ਫਿਰ ਮੈਂ ਕਿਹਾ ਕੱਲ ਸੰਡੇ ਆ, ਗੁੰਨੂ ਦਾ ਹੈਡ ਵਾਸ਼ ਕਰਨਾ ਤਾਂ ਆਇਲਿੰਗ ਕਰ ਹੀ ਦਈਏ ਥੋੜੀ ਜਿਹੀ ਸੁਬਾ। ਮੈਂ ਸ਼ੈਂਪੂ ਵਾਲ ਸਿਰ ਤੇ। ਤੂੰ ਵੀ ਕਰਾਉਣੀ ਆਇਲਿੰਗ? ਆਇਲਿੰਗ ਤੂੰ ਵੀ ਕਰਾ ਲਾ। ਆਇਲਿੰਗ ਵੀ ਜ਼ਰੂਰੀ ਹੈ ਨਾ, ਪੜ੍ਹਨਾ ਜ਼ਿਆਦਾ ਪੈਂਦਾ, ਦਿਮਾਗ ਖਰਚ ਹੁੰਦਾ, ਦਿਮਾਗ ਦੇ ਇੱਥੋਂ ਦੀ ਵੀ ਅੰਦਰ ਤੇਲ ਪਾਉਣਾ ਪੈਂਦਾ। ਫੇਰ ਚੱਲੂਗੀ ਮਸ਼ੀਨ, ਤੇਲ ਲਾ ਕੇ ਰੱਖਾਂਗੇ ਤਾਂ ਦਿਮਾਗ। ਓਕੇ, ਆਰਾਮ ਮਿਲਦਾ ਪਿਆ, ਆਰਾਮ ਮਿਲਦਾ ਪਿਆ। ਹਾਂ ਯਾਦ ਰੱਖਿਆ ਕਰ ਹਰ ਸੱਚੂੜੇ। ਠੀਕ ਹੈ, ਮੈਂ ਵੀ ਤੂੰ ਵੀ ਆਪਾਂ ਕੀ ਦੇਖਦੇ ਹੋ? ਬਾਏ ਬਾਏ। ਤੁਸੀਂ ਬਾਏ, ਤੁਸੀਂ ਵੀ ਐਂਡ ਕਰ ਦੋ। ਬਾਏ, ਗੁੱਡ ਨਾਈਟ, ਟੇਕ ਕੇਅਰ, ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਵੀ ਹੋ ਗਈ, ਮੈਂ ਤਾਂ ਰਾਤ ਪੂਰੀ ਪਈ ਹੈ। ਬਾਏ ਕਰ ਦੋ। ਆਪਾਂ ਸੋਣਾ ਹੈਗਾ, ਆਪਾਂ 8 ਘੰਟੇ ਸੋਣਾ ਪੂਰੇ। ਸੁਬਾ ਕੌਣ ਪਹਿਲਾਂ ਜਲਦੀ ਉੱਠੂਗਾ? ਮੈਂ ਸਾਡੇ ਜਵਾਨ ਸਾਡੇ ਤੋਂ ਪਹਿਲਾਂ ਉੱਠ ਜਾਂਦੇ ਆ ਉਹ ਛੁੱਟੀ ਵਾਲੇ ਦਿਨ।
ਜਦ ਸਕੂਲ ਜਾਣਾ ਹੁੰਦਾ ਉਦੋਂ ਤਾਂ ਅਸੀਂ ਪਹਿਲਾਂ ਉੱਠਦੇ ਆ, ਛੁੱਟੀ ਵਾਲੇ ਦਿਨ ਜਵਾਕ ਪਹਿਲਾਂ ਉੱਠ ਜਾਂਦੇ ਆ। ਕੱਲ ਮੈਂ ਗੁੰਨੂ ਤੋਂ ਵੀ ਪਹਿਲਾਂ ਉੱਠ ਗਿਆ, 8 ਵਜੇ ਦਾ ਉੱਠਿਆ ਮੈਂ ਗੁੰਨੂ। ਅੱਜ ਕੱਲ ਨਹੀਂ, ਅੱਜ ਤਾਂ ਸਾਡੇ ਉੱਠਦੇ ਨੂੰ ਗਾਈਸ ਦੋਨੋਂ ਜਵਾਕ ਸਾਡੇ ਨਾ ਨੂੰ ਕੇ ਬੈਠੇ ਸੀ। ਹੈਗੇ ਕਿਸੇ ਦੇ ਐਡੇ ਸਿਆਣੇ ਜਵਾਕ ਤਾਂ ਦੱਸਿਓ ਮੈਨੂੰ ਕਮੈਂਟ ਕਰਕੇ ਵੀ ਮੰਮੀ ਪਾਪਾ ਸੁੱਤੇ ਪਏ ਹੋਣ, ਜਵਾਕ ਉੱਠ ਕੇ ਬ੍ਰਸ਼ ਕਰਕੇ ਨਾ ਨੂੰ ਕੇ ਬੈਠੇ ਸੀ। ਮੈਂ ਤਾਂ ਪੜ੍ਹੀ ਜਾਂਦੀ ਸੀਗੀ ਤੇ ਪੜ੍ਹ ਰਹੀ ਸੀ ਗੁੰਨੂ, ਪਿਆ ਸੀਗਾ ਸੋਫੇ ਤੇ, ਪਿਆ ਸੀਗਾ ਸੋਫੇ ਤੇ। ਕੱਲ੍ਹ ਤੂੰ ਹੁਣ ਰਾਤ ਨੂੰ ਵਿਆਹ ਤੇ ਜਾਣਾ, ਦਿਖਾਈ ਗੁੱਤਨੀ ਹੱਥ ਛੱਡ, ਸੈਬੂ ਦੀ ਨਿਊ ਗੁੱਤ, ਗੁੰਨੂ ਦੀ ਨਿਊ ਗੁੱਤ, ਇੱਧਰ ਸੈਬੂ ਦੀ, ਸੈਬੂ ਦੀ ਵਾਰੀ ਆ ਗਈ, ਸੈਬੂ ਦੀ ਵਾਰੀ ਆ ਗਈ ਭਾਈ ਸੈਬੂ ਦੀ। ਸੈਬੂ ਕਹਿੰਦਾ ਪਾਪਾ ਤੁਸੀਂ ਮੇਰੇ ਕਰ ਦੋ। ਗੁੰਨੂ ਹੱਥ ਸਾਈਡ ਕਰਨਾ ਪੁੱਤ, ਜਲਦੀ ਜਲਦੀ ਸਰਪ੍ਰਾਈਜ਼, ਸੋਹਣੇ ਲੱਗਣ ਨੂੰ ਗਿਆ। ਅਸੀਂ ਤਾਂ ਜਦੋਂ ਤੁਹਾਡੀ ਉਮਰ ਦੇ ਸੀ ਦੇਖਦੇ ਹੀ ਨਹੀਂ ਸੀਗੇ, ਤੁਸੀਂ ਇੰਨੇ ਇੰਨੇ ਨਖਰੇ ਕਰਦੇ ਹੋ, ਸਾਡਾ ਸਿਰ ਐਂ ਬਾਹਤਾ, ਸਾਡਾ ਐਂ ਕਰਤਾ, ਹਾਂ ਇਹਨੂੰ ਖੜੇ ਕਰ ਕਰ ਦੇਖਦਾ। ਮੈਨੂੰ ਦੀ ਓਇਲਿੰਗ ਹੋ ਗਈ, ਸੈਬੂ ਦੀ ਵੀ ਹੋ ਗਈ, ਸੁਬਹ ਨਾ ਸ਼ੈਂਪੂ ਕਰਾਂਗੇ ਆਪਾਂ, ਕੱਲ ਹੈਗਾ ਸੰਡੇ, ਨਾਲੇ ਕਰਾਂਗੇ ਆਪਾਂ ਕੀ ਕਰਾਂਗੇ ਸੈਬੂ, ਹੋਰ ਹੋਰ ਮੈਨੂੰ ਹੋਰ ਸਕ੍ਰਬ, ਹਾਂ ਹੋਰ ਕਰਾਂਗੇ ਆਪਾਂ ਸਕ੍ਰਬ ਤੇ ਨਾਲ ਕਰਾਂਗੇ ਸ਼ੈਂਪੂ। ਮੇਰੇ ਵੀ ਮਾਲਿਸ਼ ਕਰ ਦਿਓ, ਸੁਬਹ ਲੇਟ ਉੱਠੂਗਾ ਜਾਂ ਰਾਤ ਨੂੰ ਕਰ ਦਿਓ। ਜਲਦੀ ਉੱਠੇ, ਲੇਟ ਕਿਉਂ ਉੱਠਣਾ, ਜਲਦੀ ਉੱਠ ਕੇ ਕੰਮ ਹੁੰਦੇ ਆ, ਲੇਟ ਉੱਠ ਕੇ ਤਾਂ 8 ਵਜੇ ਦਿਨ ਉੱਠ ਜਿਓ ਬਾਲੀ, ਤੇਲ ਲਾਇਆ 5 ਵਜੇ ਉੱਠ ਜਿਓ, ਹੱਥ ਤੇ ਲਾਇਆ, ਚਲੋ ਖਤਮ ਹੋ ਗਿਆ ਤੇ ਅਜਾ ਤੇਲ ਸੀਗਾ ਬੋਟਲ ਚ, ਹਾਂ ਸੀਗਾ, ਸਾਰਾ ਖਤਮ ਕਰ ਦਿੰਦੀ ਐ ਇਹ ਜੈਸਮੀਨ ਆਇਲ ਖਤਮ, ਬਸ ਸੈਬੂ ਦਾ ਤਾਂ ਪਹਿਲਾਂ ਹੀ ਇਹਨਾ ਸਾਡਾ ਫੇਵਰਿਟ ਤੇਲ ਐ। ਸਾਹਿਬ ਦੀ ਹੋ ਰਹੀ ਹੈ ਮਾਲਿਸ਼ ਤਾਂ ਪੂਰੀ ਪ੍ਰੋਪਰ, ਨਾ ਬਸ ਥੈਂਕ ਯੂ ਥੈਂਕ ਯੂ, ਮੋਢਿਆਂ ਦੀ ਕਰ ਦੇਣਾ ਮਾਲਿਸ਼, ਆ ਜਾਓ ਪਾਪਾ, ਪਾਪਾ ਦੀ ਕਰਦੀ ਆ, ਦੱਸੋ ਮੈਂ ਮਸਾਜ ਸੋਹਣੀ ਨਹੀਂ ਕਰਦਾ, ਬਹੁਤ ਸੋਹਣੀ ਕਰਦੇ ਹੈ, ਬਹੁਤ ਸੋਹਣੀ ਕਰਦੇ, ਪਾਪਾ ਤਾਂ ਗੰਜਾ ਕਰ ਦਿੰਦੇ ਆ, ਹੈ ਤੈਨੂੰ ਕਹਿੰਦੇ ਸੀਗੇ ਫਿਰ ਖਿਚਵਾਈ ਨਹੀਂ, ਖਿਚਵਾਈ ਨਹੀਂ ਵਰਤੋਂ, ਓਕੇ ਉਹ ਕਹਿੰਦੇ ਹੋਣੇ ਬੱਚਾ ਕਾ ਸੋਹਣੀ, ਕਿਸੇ ਹੋਰ ਨੂੰ ਕਹਿਤਾ ਹੋਣਾ, ਫਿਰ ਗੁਰਨੂੰ ਤਾਂ ਥੱਕ ਗਈ, ਐਵੇਂ ਤੁਸੀਂ ਤਾਂ ਨਾ ਬੰਦਾ, ਗੁਰਨੂੰ ਦੀ ਗੁੱਤਨੀ ਵੇਖ ਰਹੇ ਹੋ ਤੁਸੀਂ, ਗੁਰਨੂੰ ਦੀ ਗੁੱਤ ਹੈ, ਤੇਲ ਪਿੱਛੇ ਲੜਾਈ ਹੋਈ ਸਾਡੇ ਘਰੇ, ਤੇਲ ਪਿੱਛੇ ਹੋਈ ਲੜਾਈ, ਸਭ ਦੇ ਦੇ ਪੁੱਤ 2 ਮਿੰਟ, ਏ ਤੋੜਨੇ ਮੋਟੇ ਮੇਰੇ ਗੁੰਨੂ, ਹਾਂਜੀ ਪਾਪਾ ਦੀ ਫੋਟੋ ਨਹੀਂ ਆਉਂਦੀ, ਹੁਣ ਆਈ ਹੈ ਤੁਹਾਡੀ ਨਹੀਂ ਆਉਂਦੀ, ਵੀਰੇ ਬਣ ਹਾਈ ਫੜ ਉਧਰ ਪਿੱਛੇ, ਮੇਰੀ ਵਾਰੀ ਆ ਗਈ, ਮੇਰੀ ਵਾਰੀ ਆ ਗਈ, ਮੇਰੀ ਵਾਰੀ ਆ ਗਈ, ਮੰਮਾ ਦੀ ਵਾਰੀ ਆ ਗਈ ਹੁਣ, ਸੱਚ ਗੱਲ ਬਹੁਤ ਵਧੀਆ ਲੱਗ ਰਿਹਾ,
ਤੋਂ ਬਹੁਤ ਦੁਖਦੀ ਆ ਚੀਜ਼। ਸਾਰੀਆਂ ਭੈਣਾਂ ਦੇ ਸਾਰਾ ਦਿਨ ਲਾਈਵ ਚ ਬਹਿ ਬਹਿ ਕੇ ਸਰਵਾਈਕਲ ਹੋ ਗਈ, ਮੇਰਾ ਹੋ ਗਿਆ ਫੋਨ ਬੰਦ, ਕਮਰੇ ਮੇਰਾ ਹੋ ਗਿਆ ਫੋਨ ਬੰਦ, ਬਹੁਤ ਸਰਵਾਈਕਲ ਹੋ ਗਈ ਐਵੇਂ ਕਰਕੇ ਨਾ, ਐਵੇਂ ਕਰਕੇ ਫੋਨ ਵੀ ਨਹੀਂ ਚੱਲਦਾ। ਮੰਮੀ ਦਾ ਮੋਬਾਈਲ ਸੈੱਟ ਦੇਣੇ ਆਪਾਂ, ਕਿਉਂ ਸੈੱਟ ਦੇਣੇ ਆ ਮੈਨੂੰ, ਦੇ ਦੋ ਨਾ ਮੋਬਾਈਲ ਤੇ ਬੈਠੀ ਰਹਿੰਦੀ ਐ, ਤੁਸੀਂ ਵੀ ਦੇਦਾ ਬੈਠੇ ਰਹਿੰਦੇ ਹੋ, ਮੈਂ ਕਹਿੰਦਾ ਅੰਤ ਤੋਂ ਦੁਖਦਾ ਆ ਚੀਜ਼ ਸਾਰੀ ਦੁਖਦੀ ਆ, ਮੈਂ ਤਾਂ ਰਾਤ ਨੂੰ ਬੈਠਾ ਸਭ ਦੀਆਂ ਤੇ ਵਲੌਗ ਆਪਣਾ ਬਹੁਤ ਵੱਡਾ ਹੋ ਜੂਗਾ ਤੇ ਹੁਣ ਆਪਾਂ ਲੱਗਿਆ ਸੌਣ। ਓਕੇ ਜੀ ਬਾਏ ਬਾਏ, ਗੁੱਡ ਨਾਈਟ। ਪਹਿਲਾਂ ਅਸੀਂ ਗੁੱਡ ਨਾਈਟ ਕਰਤੀ ਸੀ ਵੈਸੇ, ਅਸੀਂ ਦੁਬਾਰਾ ਤੋਂ ਮਾਲਸ਼ਾਂ ਸ਼ੁਰੂ ਹੋ ਗਈਆਂ ਸੀਗੀਆਂ ਤੇ ਉਸ ਤੋਂ ਬਾਅਦ ਦਾ ਬਾਏ ਬਾਏ।